ਆਪਣਿਆਂ ਵੱਲੋਂ ਦਿੱਤੀ ਕੰਡਿਆਂ ਦੀ ਸੇਜ ਉੱਤੇ ਦੁੱਖ ਸਹਿਣਾ ਆਪਣਿਆਂ ਵੱਲੋਂ ਦਿੱਤੀ ਕੰਡਿਆਂ ਦੀ ਸੇਜ ਉੱਤੇ ਦੁੱਖ ਸਹਿਣਾ ਦੇਸ਼ ਧਰੋਹੀ ਤਖਤ ਵੀ ਦੇਵੇ ਤਾਂ ਉਹਦੇ ਤੇ ਨਹੀਂ ਬਹਿਣਾ ਭੁੱਖਿਆਂ ਮਰ ਜਾਣਾ ਪਰ ਰਾਜ ਭਵਿੱਖਣ ਵਾਂਗ ਨਹੀਂ ਕਰਨਾ ਜਾੜੇ ਦਾ ਸਾਨੂੰ ਸੱਥਰ ਚੰਗਾ ਅਤੇ ਪੱਠ ਖੇੜਿਆਂ ਦਾ ਰਹਿਣਾ ਜਾੜੇ ਦਾ ਸਾਨੂੰ ਸੱਥਰ ਚੰਗਾ ਅਤੇ ਪੱਠ ਖੇੜਿਆਂ ਦਾ ਰਹਿਣਾ ਅਮਰ ਸਿੰਘ ਮਨਜੂਰ ਹੋਣਾ ਦੀਆਂ ਇਹ ਲਾਈਨਾਂ ਨੇ ਜੀ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਵੀਕ ਦਾ ਆਖਰੀ ਪ੍ਰੋਗਰਾਮ ਹੁੰਦਾ ਜੀ ਅੱਜ ਅਤੇ ਬਹੁਤ ਸਾਰੀਆਂ ਗੱਲਾਂ ਦਿਲ ਦੇ ਵਿੱਚ ਹੁੰਦੀਆਂ ਤੁਹਾਡੇ ਵੀ ਹੁੰਦੀਆਂ ਹੋਣਗੀਆਂ ਬਹੁਤ ਸਾਰੇ ਲੋਕਾਂ ਦਾ ਵੀਕਐਂਡ ਹੁੰਦਾ ਔਰ ਵੀਕਐਂਡ ਦੀ ਉਡੀਕ ਹੁੰਦੀ ਹੈ ਪਰ ਕੁਝ ਕੁ ਲੋਕਾਂ ਦਾ ਵੀਕਐਂਡ ਕੋਈ ਨਹੀਂ ਹੁੰਦਾ ਜਾਂ ਫਿਰ ਰੋਜ਼ ਹੀ ਵੀਕਐਂਡ ਹੁੰਦਾ ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਨੇ ਅਨਇੰਪਲੋਇਮੈਂਟ ਲੈ ਰਹੇ ਨੇ ਉਹਨਾਂ ਦਾ ਰੋਜ਼ ਹੀ ਵੀਕਐਂਡ ਹੈ ਜੀ ਅਤੇ ਕਈ ਤਾਂ ਜਿਹੜੇ ਹੈਗੇ ਨੇ ਉਹ ਕੈਸ਼ 'ਤੇ ਕੰਮ ਵੀ ਕਰੀ ਜਾਂਦੇ ਆ ਇਹ ਹਫ਼ਤਾ ਇੱਕ ਐਸੀ ਚੀਜ਼ ਹੈ ਕਿ ਜਿਹੜਾ ਜਦੋਂ ਸ਼ੁਰੂ ਹੁੰਦਾ ਉਦੋਂ ਬਹੁਤ ਸਾਰੇ ਲੋਕਾਂ ਨੂੰ ਚੰਗਾ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਲੈ ਵੀ ਫਿਰ ਕੰਮ 'ਤੇ ਜਾਣਾ ਪੈਣਾ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਸੋਮਵਾਰ ਨੂੰ ਕਹਿਣ ਲੱਗ ਪੈਂਦੇ ਹਜੇ ਯਾਰ ਸੋਮਵਾਰ ਹੀ ਹੋਇਆ ਕਦੋਂ ਐਤਵਾਰ ਆਊ ਕਦੋਂ ਸ਼ਨੀਵਾਰ ਆਊ ਖੈਰ ਜਿਹਨਾਂ ਨੇ ਕੰਮ ਨਾਲ ਜਿਹਨਾਂ ਨੂੰ ਪਿਆਰ ਆ ਉਹਨਾਂ ਲਈ ਕੋਈ ਸ਼ਨੀਵਾਰ ਨਹੀਂ ਕੋਈ ਐਤਵਾਰ ਨਹੀਂ ਮੈਂ ਗੱਲ ਕਰਦਾ ਸੀਗਾ ਆਪਦੀ ਕਿ ਕੰਮ ਨਾਲ ਪਿਆਰ ਕਰਦੇ ਚਲੋ ਪਰਮਾਤਮਾ ਦਾ ਸ਼ੁਕਰ ਹੈ ਤੁਹਾਡਾ ਸਭ ਦਾ ਆਸ਼ੀਰਵਾਦ ਹੈ ਕੰਮ ਹੀ ਪਰਮਾਤਮਾ ਨੇ ਇਹੋ ਜਿਹਾ ਬਖਸ਼ਿਆ ਕਿ ਮੱਲੋ ਮੱਲੀ ਪਿਆਰ ਹੈਗਾ ਇਸ ਕੰਮ ਦੇ ਨਾਲ ਚਾਹ ਹੁੰਦਾ ਜਦੋਂ ਅਸੀਂ ਪ੍ਰੋਗਰਾਮ ਕਰਨਾ ਹੁੰਦਾ ਉਦੋਂ ਪਹਿਲਾਂ ਚਾਹ ਹੁੰਦਾ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਗੱਲਬਾਤ ਕਰਾਂਗੇ ਸੋ ਸਾਡਾ ਵੀ ਸ਼ਨੀਵਾਰ ਐਤਵਾਰ ਇੱਦਾਂ ਹੀ ਆ ਅਤੇ ਕਦੇ ਕਦੇ ਤਾਂ ਹੁੰਦਾ ਅਤੇ ਹੁਣ ਅਸੀਂ ਅਗਲੇ ਦੋ ਦਿਨਾਂ ਦੀ ਗੱਲ ਕਰੀਏ ਤਾਂ ਟੀਮ ਸਾਡੀ ਜਿਹੜੀ ਨਿਊਯਾਰਕ ਤੋਂ ਆਈ ਹੋਈ ਹੈ ਫਿਰ ਕੰਮ ਕਾਫੀ ਸੀਗੇ ਇੱਥੇ ਪੈਂਡਿੰਗ ਅਤੇ ਫਿਰ ਹੁਣ ਅਸ਼ਮਤਾ ਅਤੇ ਸੁਖਦੀਪ ਸੰਘਾ ਸਾਹਿਬ ਇਹ ਆਏ ਹੋਏ ਨੇ ਅੱਜ ਸਾਡੇ ਕੋਲ ਅਤੇ ਚਲੋ ਇਹ ਕੱਲ੍ਹ ਨੂੰ ਅਤੇ ਪਰਸੋਂ ਨੂੰ ਅਸੀਂ ਤਕਰੀਬਨ ਦਰਸ਼ਕਾਂ ਦੇ ਵਿੱਚ ਹੀ ਵਿਚਰਾਂਗੇ ਪਰਸੋਂ ਨੂੰ ਸਟੋਕਟਨ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਕਰਨਾ ਰਿਕਾਰਡ ਸਟੋਕਟਨ ਗੁਰੂ ਘਰ ਜੇ ਪਹੁੰਚ ਸਕਦੇ ਹੋ ਤਾਂ ਜ਼ਰੂਰ ਪਹੁੰਚੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਅੱਜ ਫਿਰ ਦੇਣੀ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਕੱਲ੍ਹ ਅਸੀਂ ਭਗਤ ਕਬੀਰ ਜੀ ਦੀ ਗੱਲ ਕੀਤੀ ਸੀਗੀ ਉਹਨਾਂ ਦਾ ਜਨਮ ਦਿਹਾੜਾ ਸੀ ਅਤੇ ਅੱਜ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਹੈਗਾ ਉਹਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਨਾਲ ਦੀ ਨਾਲ ਅਗਰ ਗੱਲ ਕਰੀਏ ਹੁਣ ਥੋੜ੍ਹੀ ਜਿਹੀ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਜਾਂ ਫੇਸਬੁੱਕ ਡਾਕੀਆ ਦਿਖਾਉਣ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰੀ ਦੀ ਹੈ ਅਤੇ ਕਨੇਡਾ ਦੀ ਕਿਤਾਬ ਦੇ ਵਿੱਚ ਕਹਿੰਦੇ ਕਿਸਾਨਾਂ ਦੇ ਸੰਬੰਧਿਤ ਇੱਕ ਲੇਖ ਐਸੇ ਜਿਹਨੂੰ ਅਸੀਂ ਕਰ ਕਹਿ ਦਿੰਦੇ ਹਾਂ ਉਹ ਉਹਨਾਂ ਨੇ ਪਾਇਆ ਸੀ ਕਿਸਾਨਾਂ ਦੇ ਅੰਦੋਲਨ ਦੇ ਸੰਬੰਧ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਉਹ ਕਹਿੰਦੇ ਜੀ ਭਾਰਤ ਸਰਕਾਰ ਨੇ ਹੁਣ ਇਹ ਚਿੱਠੀ ਭੇਜੀ ਆ ਇਹਨਾਂ ਨੂੰ ਵੀ ਇਹ ਲੇਖ ਇਸ ਕਿਤਾਬ ਦੇ ਵਿੱਚੋਂ ਕੱਢੋ ਮੁੱਕਦੀ ਗੱਲ ਇਹ ਨਹੀਂ ਸਮਝ ਆਉਂਦੀ ਵੀ ਕਿਹਨੂੰ ਕਿਹਨੂੰ ਕਿੱਥੋਂ ਕਿੱਥੋਂ ਕੱਢੋਗੇ ਕਿਹਦੇ ਕਿਹਦੇ ਢਾਬੇ ਬੰਦ ਕਰਾ ਕੇ ਤੁਸੀਂ ਸਰਕਾਰਾਂ 'ਚ ਲਾ ਲਓਗੇ ਕਿਹਨੂੰ ਕਿਹਨੂੰ ਦੁਖੀ ਕਰਕੇ ਤੁਸੀਂ ਕਿਸਾਨ ਅੰਦੋਲਨ ਬੰਦ ਕਰ ਲਓਗੇ ਇਹ ਰੱਬ ਜਿਹੜਾ ਉੱਪਰ ਬੈਠਾ ਹੈ ਉਹ ਜ਼ਰੂਰ ਕੋਈ ਨਾ ਕੋਈ ਐਸੀ ਕਰਾਮਾਤ ਹੋਏਗੀ ਕਿ ਜ਼ਰੂਰ ਇਹਨਾਂ ਨੂੰ ਅਕਲ ਆਏਗੀ ਜਿੱਥੇ ਸਰਕਾਰਾਂ ਗੱਲ ਕਰਦੀਆਂ ਨੇ ਜੀ ਇਹ ਬਈ ਹੋਣਾ ਚਾਹੀਦਾ ਕਿ ਕਿਤਾਬ 'ਚੋਂ ਲੇਖ ਨਿਕਲਣਾ ਚਾਹੀਦਾ ਇਵੇਂ ਹੀ ਇਦੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਪੰਜਾਬੀ ਦੇ ਬਹੁਤ ਸਾਰੇ ਹਰਿਆਣੇ ਦੇ ਵਿੱਚੋਂ ਪੰਜਾਬੀ ਦੇ ਲੇਖ ਜਿਹੜੇ ਕੱਢ ਦਿੱਤੇ ਗਏ ਨੇ ਇੱਕ ਪੰਜਾਬੀ ਦੇ ਰਸਾਲੇ ਜਿਹੜੇ ਸਰਕਾਰੀ ਤੌਰ 'ਤੇ ਛਪਦੇ ਸੀ ਉਹ ਬੰਦ ਕਰ ਦਿੱਤੇ ਗਏ ਆ ਅਤੇ ਨਾਲ ਦੀ ਨਾਲ ਇੱਕ ਬੜੀ ਚਰਚਾ ਦੇ ਵਿੱਚ ਅੱਜ ਹੈਗੇ ਆ ਜਿਹੜੇ ਰਾਮ ਸਿੰਘ ਰਾਣਾ ਗੋਲਡਨ ਹੱਟ ਜਿੰਨਾ ਰੈਸਟੋਰੈਂਟ ਸੀ ਹਰਿਆਣੇ ਦੇ ਵਿੱਚ ਬੜੀ ਉਹਨਾਂ ਨੇ ਕਿਸਾਨਾਂ ਦੀ ਸੇਵਾ ਕੀਤੀ ਹੈ ਅਤੇ ਅੰਦੋਲਨ ਦੇ ਦੌਰਾਨ ਪੂਰਾ ਆਪਣਾ ਢਾਬਾ ਕਿਸਾਨਾਂ ਨੂੰ ਸਮਰਪਿਤ ਕਰਤਾ ਸੀ ਲੰਗਰ ਚੱਲਦਾ ਸੀ ਰੋਜ਼ ਦਾ ਕਹਿੰਦੇ ਵੀ 2-3 ਲੱਖ ਖਰਚਾ ਰੋਜ਼ ਦਾ ਵੀ ਕਰ ਦਿੰਦਾ ਸੀ ਉਹ ਅਤੇ ਹੁਣ ਜਦੋਂ ਸਰਕਾਰ ਨੂੰ ਜਿਵੇਂ ਬਾਕੀਆਂ ਦੇ ਖਿਲਾਫ਼ ਕੇਸ ਹੋ ਰਹੇ ਜਿਨ੍ਹਾਂ ਨੇ ਵੀ ਕਿਸਾਨਾਂ ਦੀ ਮਦਦ ਕੀਤੀ ਆ ਉਹਨਾਂ ਨੂੰ ਟੰਗਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਅਤੇ ਉੱਥੇ ਹੀ ਰਾਮ ਸਿੰਘ ਰਾਣਾ ਦਾ ਜਿਹੜਾ ਉਹਨੂੰ ਵੀ ਨੋਟਿਸ ਆ ਗਿਆ ਵੀ ਭਾਈ ਤੇਰਾ ਢਾਬਾ ਇਹ ਢਾਇਆ ਜਾਣਾ ਇਹ ਇਲੀਗਲ ਹੈ ਇੱਕ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਲੀਗਲ ਚੀਜ਼ ਜਿਹੜੀ ਹੈਗੀ ਆ ਜਾਂ ਕੋਈ ਕਿਸੇ ਦੇ ਕਦੋਂ ਕੁ ਹੋਣਾ ਉਦੋਂ ਹੀ ਹੋਣਾ ਜਦੋਂ ਸਰਕਾਰ ਦੇ ਖਿਲਾਫ਼ ਕਿਸੇ ਨੇ ਖਿਲਾਫ਼ ਕੀ
खिलाफ नहीं अपने हकों की आवाज़ जो किसी ने चकी है तो उदों ही खिलाफ होना भी ये चीज़ इलीगल है। उदों ही दिसते हैं विरोधी धिर वाले जो लगता भी ये भाई हुण तां साडे लई खतरा पैदा हो सकते उदों ही दिसते हैं भी ये साडे लई खतरा है। सो उस सोशल मीडिया से काफ़ी वायरल हो रहे हैं, काफ़ी लोग गए भी है राम सिंह राणा के ढाबे ते और बहुत सारे लोग भी गए ने दिल्ली तो मनजिंदर सिंह सिरसा भी जाके आया उत्थे और लोगों का कहना जी असी ट्रालियां भर भर के इत्थे लै आवांगे पर ढाबा यह टौन नहीं देवांगे। चलो राम सिंह राणा जी ने एक गल तो मैं चलो थोड़ी जी ये हैगी आ भी राणा साहब चलो तुहानू तां शुक्र करो ढाबा ढाउण की धमकी दी है कि हिस्सा पाउण की धमकी देती भी भाई ढाबा तेरा बख दें हो सकता यहो जी ऑफर भी आ जाए ध्यान रखियो आने वाले समय के भी ढाबा अस तेरा रहन दिने तो प्रॉफिट जिहड़ा हुण तू जे 2-3 लाख रोज़ का खर्चदा इहदा मतलब 5-4 लाख रोज़ तक कमाउंदा ही होएगा तो ढाबे च हिस्सा साडा पाला तो पैसा असी कोई नहीं पाउणा हिस्सा साडा होऊगा तो प्रॉफिट सानू दे चली इहो जी ऑफर भी तुहानू आ सकदी है जिहड़ियां कि अक्सर पंजाब दे देखण सुणन नूं मिलियां बहुत सारे ढाबियां दे विच बहुत सारे एक यह भी बड़ी कमाल की गल हुंदी रिश्वत जिहड़ी आ वक्री वक्री तरह की भारत दे विच पंजाब दे विच देखण नूं मिलदी आ। सानू किसी ने दस्या भी एक ऐसी रिश्वत जिहड़ी सोच भी नहीं सकते वह रिश्वत यह सी भी कार का ड्राइवर जिहड़ा हैगा किसी वड्डे लीडर की कार के ड्राइवर जिहड़े हैगे ने उन्हां नूं यह रिश्वत दित्ती जांदी सी वधिया वधिया कोठियां वालियां वल्लों जिन्हां ने वधिया आपदे घर घुर बनाए सी जां वधिया ढाबे ढूबे बनाए सी वधिया काम कार चलदे सी मेन रोड के उपर रिश्वत यह दित्ती जांदी सी भाई जदों साडे ढाबे कोल दी लंघे तां तूं साहब नूं गली ला लैणा जां तूं गड्डी होर पासे ले आणी है तैनूं पैसे दे देंगे। जे किसी का घर वधिया घर दे मूहरे गमले गुमले वधिया रखे तो उन्होंने रिश्वत यह देनी भी भाई तू इधर दी गड्डी ना लैके आई जदों साडे पिंडां वालों आए तो परले पासे दी लै आई नहीं तो जिहड़ी चीज़ उन्होंने चंगी लगी तो वह फिर उन्होंने घर पहुँचाउणी भी पैनी है आप ही। सो इस तरह की रिश्वत भारत में चलती सी। आप चलते हैं फोटोआं 2-4 जिहड़ियां हैगियां ते नाल एक दो वीडियो आ उस तो बाद विषय वाले पास जाके तुहाडियां कॉल लैनी शुरू कर देंगे। कॉल आनियां शुरू हो गई वैसे तो पर हजे विषय मैं दस्या नहीं पर मैं कॉल अगले सैगमेंट तो ही लूँगा फटाफट अगले सैगमेंट तो बाद आपां कॉल लैनी शुरू कर सकते हैं। फेसबुक डाकिया साहब जिहड़े ने जी वो अज लैके आए ने कुछ फोटोआं ते कुछ वीडियो पहले समय दे विच कहिंदे भी आपां कन्न जिहड़ा बंदे दा हैगा वह सुनने वास्ते रब ने लाया सुनने वास्ते कन्न रब ने लाया इहदे राहीं असीं सुणदे हाँ गल ते सानू गल जिहड़ी फिर उस तों बाद कहिंदे आ पर उस तों बाद यह हो गया हौली हौली हो गया महात्मा गांधी तों बाद नहीं नहीं यार कन्न दे ऐनक भी टंगी जा सकदी जां ऐनक दे नाल जिहड़ा धागा बन्निया हुंदा डंडी दे नाल उह वी कन्न दे दुआले लपेटिया जा सकदा कम्म तों यह भी कम्म लिया जा सकदा कन्न तों। पर जे तुसीं फोटो देखो इहदे तों इह लगदा वी कन्न जिहड़े आ उह दुनिया दे सारे कम्म करन वास्ते कन्न ही बणे ने। आ देखो तां जी इह फोटो फेसबुक डाकिए दी हैडफोन भी कन्न च लगना ऐनकां भी कन्न ते वालियां वूलियां पाउणियां कोई कन्न बनाउणे उह वी कन्न दे विच मास्क अजकल पाउणा उह वी कन्न दे उपर दी ते कन्न तां विचारा कहिंदा होणा यार मैं किथे फस गया मैनूं तां किते होर कम्म लाओ आ तां किहड़े कम्मां च ला रख्या वी जिहड़ा कोई कम्म कर मेरे उपर ही टंग दिंदे जिहड़ी चीज़ च हैगी मेरे उपर ही टंग दिंदे हो। इह फोटो खिच्चणा सानूं भेजी आ वाकिया ही लगता कदे सोचा नहीं सी कन्न नूं भी इन्ने कम करने पैणगे जिन्ने अजकल कर रहा। लो योगा दिवस लंघ के गया तो बहुत सारे लोगों ने योगा मनाया योगा दिवस इधर उधर कई तरीके ने एक वह भी दिखाए सी मैं कि राजस्थान के 1600 ऊठा से बैठ के दसो योगा किया कोई कितने कोई कितने चलो इन्होंने मोदी साहब तो कहें भी योगा करके करोना जोड़ा वा वो घट गया योगा करने ठीक हो जाता है। चलो इन गलों तो छड़िए आप जो पिंडा के होंगे स्कूले पढ़ते होंगे सी उदों नहीं सी पता हुंदा भी योगा की हुंदा की नहीं हुंदा उदों इक्को ही योगा पता हुंदा सी जिहड़ा स्कूल दे विच मास्टर करवाउंदे सी। आ फोटो देख के तुहानू भी आपो अपना योगा हो सकदा चेते आ गया होवे जी फोटो दे विच उह योगा जी जिहड़ा सारे स्कूलां दे विच तकरीबन मास्टर करवाउंदे सी कहिंदे सी मुर्गा बण हुण मुर्गा इह नहीं समझ आउंदी वी कन्न फड़ाउण नूं मुर्गा बण क्यों कहिंदे सी मुर्गा तां कदे कन्न फड़दा ही नहीं हैगा मुर्गा तो बेचारा जां बांगा दिंदा तो जां फिर पतीले विच हुंदा ये एक वक्री तरह का योगा हैगा जिहड़ा सानू याद है जिहड़ा असीं योगा करदे रहे हैं। बहुत सारे लोगों ने साडे दर्शक जिहड़े पुराने ने उन्होंने भी स्कूलों के किया होगा अजकल तो मेरे ख्याल न्याणा नूं इह नहीं पता सी वी इदां वी कदे इह वी सज़ा दित्ती जांदी सीगी। चलो वक्री तरह का योगा तुहाडे नाल साझा कीता। उदों बाद अगली गल करदे जी कहिंदे
विद्या फैले विद्या चानण होए भी विद्या नाल वाकई चानण हुंदा जिंदगी मतलब दसदे आ लोग किताबां दे विचों रोशनी निकलदी है कहण तो भाव इह सी किताबां जदों ज्ञान निकलदा ज्ञान दी रोशनी निकलदी सानूं पूरी दुनिया दे विच पता लगदा भी कित्थे की हो रिहा पर अजकल दे बच्चे जिहड़े हैगे उहनां दे किताबां दे विचों उस टाइप दी रोशनी निकले ना निकले जिहड़ी असीं ज्ञान दी गल करदे पर किताबां दे विचों सच्ची मुची रोशनी निकलदी अजकल जदों असीं किताब पढ़दे हाँ आ देखो जरा फोटो जी किताब के विचों सच्ची रोशनी निकल रही है हुण दर्शक समझ गए होणगे किहड़ी रोशनी है मोबाइल रख्या होया उपर किताब के न्याणे देखते मोबाइल ही ने तो वाकई उहदी रोशनी देखो किताब के देखने वाला कहूगा भाई वाकई किताब के अखरां च इन्नी शक्ति है अखरां दे विचों रोशनी जिहड़ी है सीधी फेस से पैंदी है तो बंदे दिमाग दे विचों जांदी है पर यह रोशनी जिहड़ी है यह अजकल दे जवाकां दे कोल ही हैगी है साडे जदों वेले सीगे उदों यह रोशनी नहीं सी हुंदी उदों वाकई चार अखर पढ़ के जिहड़े कहिंदे हुंदे सी अकल आउंदी हुंदी सीगी ते अजकल वो चीज़ां है नहीं नाल लगदे दो फोटूआं हुण मैं दिखाउणियां अगड़ पिछड़ होर दोनों हैगियां मोटरसाइकल दीआं ही आ पर मोटरसाइकलां दे विच जमीन आसमान दा फर्क है पहला मोटरसाइकल तां बुणिया होया जिवें बैंत दा असीं बुणदे नहीं मूहड़े माड़े बुणदे सी बैंत दे मूहड़े बुण के ते बहिंदे हुंदे सी उपर ये किसी की कला है कि मोटरसाइकल बुणिया बड़े प्यार दे नाल ये किसी की कला है और इस कला नूं सलाम है अगला मोटरसाइकल च कोई कला नहीं इस बंदे की कला मतलब उस बंदे की बनाने वाले की कला सी इस जिहदे मूहरे मोटरसाइकल का वो कला ये शेख ने जी कहिंदे कोई अरब कंट्रीज दे ते उन्होंने कोले ये मोटरसाइकल जिहड़ा सोने का वाकया ही सोने का मोटरसाइकल हैगा इहो जिहे शौक जिन्हां को पैसे हैगे भाई बथेरे शौक इहो जिहे पालदे ने कि सोने का मोटरसाइकल बंदिया ने रख्या होया है चलो दोहां चों जिहड़ा पसंद होवे रख सकदे हैं बाकी कहिंदे शौक का कोई मुल नहीं हुंदा शौक भी तां ही आउंदे आ बंदे नूं जदों पैसे चार हुंदे आ पहिलां तां कहिंदे भी कोई भी बंदा हैगा वो सोचता भाई रोटी पानी जिहड़ा दो टुक दो डंग की रोटी है परमात्मा दई जे रब का शुकर है तो उदू बाद फिर तमन्ना वधदी है रोटी रूटी चंगी मिलन लग पैंदी फिर शौक पूरे करन लग पैंदा वी यार स्कूटर हुण पुराना हो गया आपां हुण ऐ करिए नवा स्कूटर लै लईए तो न्याणे अग्गे कहिंदे ना ना हुण स्कूटर ते तुरी फिरना सारी उम्र गड्डी लाओ चलो हौली हौली थोड़ा बहुत जरूरत वाली चीज़ां जिहड़ियां वह भी आ गईआं तो फिर बंदा सुख सहूलतां वल पैंदा सुख सहूलत फिर लेंदा तो फिर उस बाद जो सुख सहूलत पूरी हो जाए फिर बंदा कहिंदा यार मैं पैसे मेरे को इन्ने आ मैं जो जाना मैनू कोई जानता ही नहीं की करिए फिर वह पैसे खर्च के फिर लोगों से अपनी जान पछाण बनाता पोलीटिकल लीडर पैसे दिता उत्थे जान पछाण बजाता स्टेजा के उपर मुख मेहमान बनता भी आज 51,000 डॉलर 51,000 रुपया फलाने बंद ने दिता तो 51,000 1,00,000 फलाने रुपये दे दिता बंद ने तो अज्ज के मुख मेहमान ने फिर इदा बंदा अपनी जान पछाण बना तो पर जो मोटरसाइकिल सोने वाला वो मेरे ख्याल वो जे दुबई के बंदे है उन्होंने शुरू तो पैदायशी कह लो पीढ़िया दर पीढ़िया ही उन्होंने ये चंकी जी चंगा वर मिलया होया कि वह योजा ही उन्होंने कोले सोने की हीरे हूरे की कोई घाट है नहीं ब्रेक तो जाने तो पहला छोटिया छोटिया दो वीडियो तो साझिया कर एक तो असं कहने ना भी कोई घर के गुस्सा गिला हो गया कि दो भरावान परिवार के तो पहले समय के सियाण को बिठा के तो वह गल नबेड़ देंदे सी सुलह करा देंदे सी चल भाई छोड़ो कोई नहीं गल करा गया विषय वाल चलते हैं तो विषय के नाल नाल ही तुहाडियां गल्लां लैणी शुरू कर देंगे वैसे अज की गल करिए तो पुरानियां गल्लां कोई करी दियां पिंडां दे विच जाईदा यादां वतन दियां ताज़ा करी दियां तो अज भी गल्लां बातां उहो ही ने पंजाबी वालियां तो उही अज फिर आपां गल करनियां ने एक जिहड़ा मैं शेयर पढ़िया सीगा हुण अज प्रोग्राम के शुरू के कि अपनियां वल्लों दित्ती कंडियां दी सेज उत्ते दुख सहना अपनियां वल्लों दित्ती कंडियां दी सेज उत्ते दुख सहना देश धरोही तख्त भी देवे तां वी नहीं बहना मतलब ये कहण दा हैगा भी अपनियां वल्लों दित्ते दुख असीं जरने आ अपने तो की भाव है एक बेगाने हुंदे आ बेगाने कौन ने पहले समय की गल कर लीए तो कोई भी बेगाना नहीं हुंदा तकरीबन पिंडां दे विच जदों रहिंदे सी ते पिंडां दे विच इउं लगदा सी वी पिंडां दे विच कोई भी बेगाना नहीं है पिंडां दे विच सारे ही अपने हुंदे सीगे बाद दे विच मतलब कहण दा जदों पिंडां च पंचायतां हुंदियां सी ते उदों सारे अपने हुंदे सीगे ते जिवें जिवें पोलीटिकल पार्टियां दी इनवॉल्वमेंट होणी शुरू हो गई
ਵੀ ਭਾਈ ਆਹ ਸਰਪੰਚ ਕਾਂਗਰਸ ਦਾ ਅਤੇ ਆਹ ਸਰਪੰਚ ਅਕਾਲੀਆਂ ਦਾ ਅਤੇ ਆਹ ਸਰਪੰਚ ਹੁਣ ਆਮ ਆਦਮੀ ਪਾਰਟੀ ਦਾ ਆ ਗਿਆ ਜੀ, ਅਟਾਵਾਂ ਅਟਾਵਾਂ ਬੀਜੇਪੀ ਦਾ ਵੀ ਹੈਗਾ। ਉਦੋਂ ਬਾਅਦ ਪਿੰਡਾਂ ਦੇ ਵਿੱਚ ਇਹ ਆਪਣੇ ਤੇ ਬਗਾਨੇ ਵੀ ਸ਼ੁਰੂ ਹੋ ਗਏ, ਲੜਾਈਆਂ ਸ਼ੁਰੂ ਹੋ ਗਈਆਂ, ਪਾਰਟੀਆਂ ਬੰਬਾਈਆਂ ਸ਼ੁਰੂ ਹੋ ਗਈਆਂ। ਫਿਲਮ ਵੀ ਆਈ ਸੀ ਆਪਣੇ ਤੋਂ ਆਪਣੇ ਹੋਤੇ ਹੈ, ਆਪਣੇ ਧਰਮਿੰਦਰ ਦੀ ਫਿਲਮ ਸੀਗੀ। ਅਤੇ ਇੱਕ ਪੰਜਾਬੀ ਦਾ ਮੁਹਾਵਰਾ ਕਿ ਜਿਹਦੇ 'ਤੇ ਮੈਂ ਆਪਾਂ ਅੱਜ ਗੱਲ ਕਰਨੀ ਹੈ, ਉਹ ਵੀ ਆਪਣਿਆਂ ਬਾਰੇ ਹੈਗਾ। ਕਹਿੰਦੇ ਵੀ ਆਪਣਾ ਮਾਰੂ ਤਾਂ ਛਾਵੇਂ ਸੁੱਟੂ, ਆਪਣਾ ਮਾਰੂ ਤਾਂ ਛਾਵੇਂ ਸੁੱਟੂ। ਵੀ ਇਹਦਾ ਕੀ ਮਤਲਬ ਹੈ? ਵਾਕਿਆ ਹੀ ਅੱਜ ਕੱਲ੍ਹ ਵੀ ਇਹ ਚੀਜ਼ਾਂ ਹੈਗੀਆਂ ਕਿ ਅਸੀਂ ਇਹ ਸੋਚਦੇ ਹਾਂ ਕਿ ਆਪਣਾ ਮਾਰੂ ਛਾਵੇਂ ਸੁੱਟੂ। ਅਤੇ ਦੂਜੀ ਗੱਲ ਤਾਂ ਇਹ ਹੈ ਭਾਈ, ਜਦੋਂ ਮਾਰੀ ਤਾਂ ਫਿਰ ਛਾਵੇਂ ਸੁੱਟ, ਚਾਹੇ ਧੁੱਪੇ ਸੁੱਟ, ਫਿਕੜ ਧੁੱਪ ਲੱਗਣੀ, ਫਿਰ ਚਾਹੇ ਬਰਫ਼ 'ਤੇ ਸੁੱਟੀ ਜਾ। ਅਤੇ ਜਦੋਂ ਮਾਰ ਹੀ ਦਿੱਤਾ ਤਾਂ ਫਿਰ ਛਾਵੇਂ ਸੁੱਟੂ ਦਾ ਕੀ ਮਤਲਬ ਹੋਇਆ? ਇਹ ਜਿਹੜੇ ਮੁਹਾਵਰੇ ਹੈਗੇ ਪੁਰਾਣੇ ਸਾਡੇ ਬੜੇ ਵਧੀਆ ਹੈਗੇ ਆ। ਆਪਣਿਆਂ ਦੀ ਅਸੀਂ ਗੱਲ ਕਰਦੇ ਹਾਂ, ਆਪਣਿਆਂ ਦੀ ਖਾਸ ਤੌਰ 'ਤੇ ਆਪਣਿਆਂ ਦੀ, ਉਹ ਆਪਣੇ ਜਿਹੜੇ ਇੱਕ ਦੂਜੇ 'ਤੇ ਜਾਨ ਵੀ ਵਾਰ ਦਿੰਦੇ ਹਨ, ਉਹ ਆਪਣੇ ਜਿਹੜੇ ਪੈਸੇ ਧੇਲੇ ਦੀ ਪਰਵਾਹ ਕੀਤੇ ਬਿਨਾਂ ਆਪਣਿਆਂ ਵਾਸਤੇ ਸਾਰਾ ਕੁਛ ਕਰਦੇ ਆ, ਉਹ ਆਪਣੇ ਜਿਹੜੇ ਆਪਣਿਆਂ ਤੋਂ ਸਾਰਾ ਕੁਛ ਵਾਰ ਦਿੰਦੇ ਆ। ਅਤੇ ਦੂਜਾ ਪੱਖ ਦੇਖੀਏ ਤਾਂ ਉਹ ਆਪਣੇ ਜਿਹੜੇ ਇੱਕ ਵੱਟ ਪਿੱਛੇ ਹੀ ਲੜਾਈ ਕਰਕੇ ਇੱਕ ਭਰਾ ਦੂਏ ਨੂੰ ਕਤਲ ਕਰ ਦਿੰਦਾ ਅਤੇ ਦੂਜਾ ਸਾਰੀ ਉਮਰ ਜੇਲ੍ਹ ਦੇ ਵਿੱਚ। ਬੜੇ ਕੇਸ ਹੋਏ ਨੇ ਚੰਡੀਗੜ੍ਹ ਦੇ ਵਿੱਚ, ਇੱਕ ਬੜਾ ਵੱਡਾ, ਬਹੁਤ ਵੱਡਾ ਕੇਸ ਇਸ ਤਰ੍ਹਾਂ ਦਾ ਹੋਇਆ ਸੀ। ਬੜਾ ਅਮੀਰ ਬੰਦਾ ਸੀਗਾ ਅਤੇ ਉਹ ਪੈਸੇ ਪੂਸੇ ਵਾਹਵਾ ਸੀ। ਉਹ ਕਹਿੰਦਾ ਵੀ ਮੈਂ ਵੇਚ ਕੇ ਜ਼ਮੀਨ ਪੰਨੀ ਕਿੰਨੇ 20 ਕਰੋੜ ਦਾ ਉਹਦਾ ਵਿਕਣਾ ਸੀਗਾ, ਵੀ ਇੰਨੇ ਮੈਂ 5 ਕਰੋੜ ਘਰ ਵਾਲੀ ਨੂੰ ਦੇਣਾ ਅਤੇ 2 ਕਰੋੜ ਫਲਾਣੇ ਨੂੰ ਦੇ ਦਿੰਦਾ, 2 ਕਰੋੜ ਮੁੰਡੇ ਲਵਾ ਲੈਣਾ, 3 ਕਰੋੜ ਕੁੜੀ ਨੂੰ ਲਵਾ ਲੈਣਾ, ਤਾਂ 1 ਕਰੋੜ ਮੈਂ ਕਿਤੇ ਦਾਨ ਕਰ ਦਿੰਦਾ ਜਾਂ ਕਿਸੇ ਨੂੰ ਦੇਣਾ ਉੱਥੇ। ਲਓ ਜੀ, ਆਹ ਹੀ ਘਰਦਿਆਂ ਦੇ ਗੱਲ ਦਿਮਾਗ 'ਚ ਬਹਿ ਗਈ। ਜਿਹੜੇ ਉਹਦਾ ਮੁੰਡੇ ਬੰਦੇ ਦਾ ਸਾਲਾ ਸੀ, ਘਰਵਾਲੀ ਦਾ ਭਰਾ, ਨਿਆਣੇ ਦਾ ਮਾਮਾ, ਉਹਨੇ ਐਸਾ ਚੱਕ ਚੁਕਾਇਆ ਉਹਨਾਂ ਨੂੰ ਵੀ ਪਿਓ ਤੁਹਾਡਾ, ਜ਼ਮੀਨ ਤੁਹਾਡੀ, ਪੈਸੇ ਤੁਹਾਡੇ। ਹਾਲਾਂਕਿ ਨਾ ਉਹਨੇ ਹਜੇ ਜ਼ਮੀਨ ਵੇਚੀ, ਨਾ ਕੁਛ ਕਰਿਆ, ਨਾ ਕਿਸੇ ਨੂੰ ਪੈਸਾ ਦਿੱਤਾ ਅਤੇ ਨਾ ਕੋਈ ਪੈਸਾ ਆਇਆ। ਸੱਚੀ ਗੱਲ ਹੈ ਜੀ ਇਹ ਕਿ ਉਹਨੇ ਐਸਾ ਚੱਕਿਆ ਚੁਕਾਇਆ ਉਹਦੇ ਮੁੰਡੇ ਨੂੰ, ਆਪਦੇ ਭਾਣਜੇ ਨੂੰ, ਅਤੇ ਭਾਣਜੇ ਕੋਲ ਇਹੋ ਜਿਹੇ ਤਰੀਕੇ ਨਾਲ ਉਹਦਾ ਕਤਲ ਕਰਾਇਆ, ਇਹੋ ਜਿਹੇ ਤਰੀਕੇ ਨਾਲ ਕਤਲ ਕਰਾਇਆ ਜਿਹਦਾ ਹਿਸਾਬ ਕੋਈ ਨਹੀਂ। ਮੁੰਡੇ ਨੇ ਆਪਣੇ ਪਿਓ ਨੂੰ ਕਤਲ ਕਰਤਾ, ਉਸ ਤੋਂ ਬਾਅਦ ਮੁੰਡਾ ਜੇਲ੍ਹ ਦੇ ਵਿੱਚ, ਘਰਵਾਲੀ ਪਾਗਲਾਂ ਵਰਗੀ ਹੋ ਗਈ, ਉਹਦੀ ਡੈਥ ਹੋ ਗਈ, ਅਤੇ ਜ਼ਮੀਨ ਜਾਇਦਾਦ ਸਰੀ ਜਿਹੜੀ ਸਾਰੀ ਸੀ ਉਹ ਮਾਮਿਆਂ ਕੋਲ, ਮੁੰਡੇ ਦੇ ਮਾਮਿਆਂ ਕੋਲ, ਬੰਦੇ ਦੇ ਸਾਲੇ ਕੋਲ, ਘਰਵਾਲੀ ਦੇ ਭਰਾਵਾਂ ਕੋਲ ਸਾਰੀ ਚੱਲ ਗਈ। ਕੀ ਕਰਾਉਣਾ ਇਹੋ ਜਿਹੀ ਜ਼ਮੀਨ ਤੋਂ? ਇਹ ਵੀ ਆਪਣਿਆਂ ਦੀ ਹੀ ਗੱਲ ਕਰਦੇ ਹਾਂ ਆਪਾਂ। ਬਹੁਤ ਸਾਰੇ ਪਿੰਡਾਂ ਦੇ ਵਿੱਚ ਅਕਸਰ ਅਸੀਂ ਦੇਖਣ ਨੂੰ ਮਿਲਦਾ ਹੁੰਦਾ ਸੀਗਾ ਵੀ ਛੋਟੀ ਜਿਹੀ ਜ਼ਮੀਨ ਪਿੱਛੇ ਕਤਲ ਹੋ ਗਏ, ਉਦੋਂ ਬਾਅਦ ਕਚਹਿਰੀਆਂ, ਅਤੇ ਕਚਹਿਰੀਆਂ ਤੋਂ ਬਾਅਦ ਕਿਹੜੀ ਜ਼ਮੀਨ ਅਤੇ ਕਿਹੜੇ ਘਰ ਅਤੇ ਕਿਲ੍ਹਿਆਂ ਵਿੱਚ ਕਹਿੰਦੇ ਘਾਹ ਉੱਗ ਪੈਂਦੇ ਸੀ। ਜਦੋਂ ਕਚਹਿਰੀਆਂ ਦੇ ਵਿੱਚ ਕੇਸ ਚੱਲ ਜਾਂਦੇ ਸੀ ਜ਼ਿਮੀਂਦਾਰਾਂ ਦੇ, ਅਤੇ ਚੁੱਲ੍ਹਿਆਂ 'ਚ ਰੋਟੀ ਨਹੀਂ ਬਣਦੀ ਸੀ, ਉਲਟਾ ਘਾਹ ਉੱਗ ਪੈਂਦੇ ਸੀਗੇ। ਸੋ ਅਸੀਂ ਇਹਨਾਂ ਆਪਣੇ ਬਗਾਨਿਆਂ ਦੀ ਗੱਲ ਕਰਨੀ ਹੈ, ਕਿੱਥੇ ਆਪਣੇ ਖੜ੍ਹੇ ਨੇ, ਕਿੱਥੇ ਬਗਾਨੇ ਖੜ੍ਹੇ ਨੇ। ਪੰਜਾਬ ਦੀ ਗੱਲ ਕਰੀਏ ਤਾਂ ਹੁਣ ਆਪਣੇ ਜਿਹੜੇ ਨੇ ਆਪਣਿਆਂ ਨਾਲੋਂ ਜ਼ਿਆਦਾ ਬਗਾਨਿਆਂ 'ਤੇ ਵਿਸ਼ਵਾਸ ਕਰਨਾ ਥੋੜ੍ਹਾ ਜਿਹਾ ਸੌਖਾ ਲੱਗਦਾ। ਜੇ ਤੁਹਾਡੀ ਕੋਠੀ ਹੈਗੀ ਹੈ ਅਤੇ ਬਗਾਨੇ ਨੂੰ ਦਿੱਤੀ ਹੈ ਸਾਂਭ ਸੰਭਾਲ ਵਾਸਤੇ, ਅਤੇ ਉਹ ਤਾਂ ਜਾਂਦੇ ਨੂੰ ਪਤਾ ਲੱਗਦਾ ਸਾਂਭ ਸੰਭਾਲ ਕੀਤੀ ਹੋਈ ਹੈ, ਚਾਹ ਪਾਣੀ ਪੁੱਛਦਾ, ਅਤੇ ਆਪਣੇ ਕਈ ਜਗ੍ਹਾ ਹੈਗੇ ਨੇ ਉਹ ਕਹਿੰਦੇ ਵੀ ਨਹੀਂ ਤੇਰੀ ਇੱਥੇ ਕਿਹੜੀ ਕੋਠੀ ਭਾਈ, ਕਿਹੜਾ ਕੁਛ ਹੈਗਾ। ਅਤੇ ਦੂਜੇ ਪਾਸੇ ਬਹੁਤ ਸਾਰੇ ਇਹੋ ਜਿਹੇ, ਦੋਨੋਂ ਪੱਖ ਅਸੀਂ ਲੈ ਕੇ ਚੱਲਦੇ ਹਾਂ, ਦੋਨੋਂ ਪੱਖ ਹੀ ਹੈਗੇ ਨੇ, ਦੋਨੋਂ ਪਾਸੇ ਹੀ ਹੈਗੇ ਨੇ, ਦੋਨੋਂ ਪਾਸੇ ਹੀ ਸਾਰਾ ਕੁਛ ਹੁੰਦਾ। ਪਰ ਅਸੀਂ ਜਿਹੜੀ ਗੱਲ ਕਰਨੀ ਹੈ, ਆਪਣਾ ਮਾਰੂ ਤਾਂ ਛਾਵੇਂ ਸੁੱਟੂ, ਇਹਦਾ ਕੀ ਮਤਲਬ ਸੀ, ਇਹ ਕਿਉਂ ਕਿਹਾ ਜਾਂਦਾ ਸੀ, ਕੀ ਇਸ ਮੁਹਾਵਰੇ ਪਿੱਛੇ ਲੌਜਿਕ ਹੈ, ਜਾਂ ਕੀ ਉਦੋਂ ਘਰ ਦਾ ਮਾਹੌਲ ਹੁੰਦਾ ਸੀ ਜਦੋਂ ਇਹ ਗੱਲਾਂ ਹੁੰਦੀਆਂ ਸੀਗੀਆਂ। ਸੋ ਕਾਲਾਂ ਸਿਲਸਿਲਾ ਆਪਾਂ ਸ਼ੁਰੂ ਕਰ ਲੈਂਦੇ ਹਾਂ, ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਦੇ ਸ਼ਾਮਿਲ ਹੋ ਸਕਦੇ ਹੋ, ਅਤੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੇਗਾਨਿਆਂ ਬਾਰੇ, ਕੌਣ ਬੇਗਾਨੇ, ਕੌਣ ਆਪਣੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਾਂਜੀ ਠੀਕ ਠਾਕ। ਪਹਿਲੀਆਂ ਚਿੰਤਾ ਹੁੰਦਾ ਸੀਗਾ, ਹਾਂਜੀ, ਜੇ ਘਰਾਂ 'ਚ ਲੜਾਈਆਂ ਵੀ ਹੋਣੀਆਂ ਸੀਗੀਆਂ, ਸਿਆਣੇ ਪੱਤੇ ਸੁਝਾਤਾ ਕਰਾ ਦਿੰਦੇ ਸੀਗੇ। ਹਾਂਜੀ, ਤੇ ਬਾਕੀ ਆ ਜਿਹੜੀਆਂ ਜਾਇਦਾਦਾਂ ਵੀ ਸੀ ਆਪਸ ਵਿੱਚ ਥੋੜੀਆਂ ਥੋੜੀਆਂ ਹੁੰਦੀਆਂ ਸੀਗੀਆਂ, ਭਰਾ ਵੀ ਆਪਸ ਵਿੱਚ ਮੰਨ ਲੈਂਦੇ ਸੀਗੇ। ਅੱਛਾ ਜੀ, ਪੰਜਾਬ ਦੀ ਗੱਲ ਕਰੀਏ ਤਾਂ ਮਨਜੀਤ ਸਿੰਘ ਜੀ, ਬਾਲੇ ਘਰਾਂ ਦੇ ਵਿੱਚ ਜ਼ਮੀਨਾਂ ਪਿੱਛੇ ਲੜਾਈਆਂ ਹੋਣ ਤੋਂ ਬਾਅਦ ਘਰਾਂ ਦੇ ਘਰ ਬਰਬਾਦ ਹੋ ਗਏ। ਹਾਂ, ਉਹ ਜਿਹੜੇ ਹੁਣ ਤਾਂ ਅੱਜ ਕੱਲ੍ਹ ਤਾਂ ਇੱਦਾਂ ਹੈ ਨਾ
ਖੇਤ ਰੇੜ ਖੇਤ ਆ ਚੱਕ ਲਿੱਤਾ ਉਹਦੇ ਨਾਲ ਫਿਰ ਉਹ ਸਾਰਾ ਕੁਛ ਰੁਲ ਜਾਂਦਾ ਕੋਟ ਕਚਹਿਰੀਆਂ ਚ ਤੇ ਮੁੜ ਕੇ ਉਹ ਦਿਹਾੜੀਆਂ ਲਾਉਣ ਜੋਗਾ ਹੋ ਜਾਂਦਾ। ਨਹੀਂ ਇਹਨਾਂ ਦਾ ਮੈਂ ਆਪਾਂ ਹਮੇਸ਼ਾ ਕੋਸ਼ਿਸ਼ ਕਰੀ ਦੀ ਹੈ ਕੋਈ ਵਿਸ਼ਾ ਜੇ ਰੱਖਦੇ ਹਾਂ ਤਾਂ ਉਹਦੇ 'ਚ ਜਦੋਂ ਪਿੱਛੇ ਜੋ ਹੋ ਗਿਆ ਉਹ ਤਾਂ ਕੁਛ ਨਹੀਂ ਹੋ ਸਕਦਾ ਵੀ ਘੱਟੋ ਘੱਟ ਗਾਂ ਜਾਂ ਗਾਂ ਤੋਂ ਲੋਕ ਖਿਆਲ ਰੱਖਣ। ਖਾਸ ਤੌਰ 'ਤੇ ਇਹ ਵੀ ਅੱਜ ਕੱਲ੍ਹ ਮੌਕਾ ਬਹੁਤ ਦੇਖਣ ਦੇ ਵਿੱਚ ਆਇਆ ਕਿ ਜਦੋਂ ਬੰਦਾ ਇੱਕ ਬਾਹਰ ਆ ਗਿਆ ਤਾਂ ਇੱਕ ਭਰਾ ਪਿੱਛੇ ਜਾਂ ਦੋ ਬਾਹਰ ਆ ਗਏ, ਦੋ ਪਿੱਛੇ ਆ ਜਾਂ ਇੱਕ ਪਿੱਛੇ ਇੱਕ ਅੱਗੇ, ਇੱਥੇ ਜੇ ਬਾਹਰ ਅੰਦਰ ਹੈਗੇ ਨੇ ਬਾਹਰਲੇ ਮੁਲਕਾਂ 'ਚ ਤਾਂ ਉਹ ਫਿਰ ਬਾਹਰਲੇ ਮੁਲਕਾਂ ਵਾਲੇ ਜਾ ਕੇ ਇੱਧਰ ਹੁੰਦੇ ਸੁਣਦੇ ਵੀ ਜਦੋਂ ਫਿਰ ਜ਼ਮੀਨ ਦੀ ਗੱਲ ਕਰਦੇ ਨੇ ਭਾਈ ਸਾਡਾ ਹਿੱਸਾ ਦਿਓ ਤਾਂ ਉਦੋਂ ਵੀ ਬਹੁਤ ਸਾਰੇ ਪੰਗੇ ਪੈਂਦੇ ਨੇ ਅਤੇ ਫਿਰ ਘਰਾਂ ਦੇ ਵਿੱਚ ਕਲੇਸ਼, ਕਲੇਸ਼ ਤੋਂ ਬਾਅਦ ਫਿਰ ਇੱਧਰਲੇ ਮੁਲਕਾਂ ਵਾਲੇ ਬੰਦੇ ਜਿਹੜੇ ਬਾਹਰਲੇ ਮੁਲਕਾਂ ਵਾਲੇ ਨੇ ਉਹਨਾਂ ਨੂੰ ਪੈਸੇ ਪੂਸੇ ਦੇ ਕੇ ਠਾਣੇ, ਮਤਲਬ ਇਹੋ ਜਿਹਾ ਬੜਾ ਕੁਛ ਚੱਲਦਾ। ਅਸੀਂ ਆਪਣੀ ਕੋਸ਼ਿਸ਼ ਇਹ ਰਹੇਗੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਿਵੇਂ ਬਚਾ ਰੱਖਦੇ, ਖਾਸ ਤੌਰ 'ਤੇ NRI ਜਿਹੜੇ ਸਾਡੇ ਨੇ ਉੱਧਰ ਜਾ ਕੇ ਜ਼ਮੀਨਾਂ ਜਾਇਦਾਦਾਂ ਦਾ ਹਿੱਸਾ ਮੰਗਦੇ ਨੇ ਤਾਂ ਫਿਰ ਪੰਗੇ ਪੈਂਦੇ ਨੇ। ਹਾਂਜੀ ਉਹ ਹਿੱਸਾ ਜਿੱਦਾਂ ਹੁਣ ਬਹੁਤ ਬੰਦਿਆਂ ਨੂੰ ਇਹ ਕਰਜ਼ੇ ਖਰਾਬ ਕੀਤੇ ਕਿਉਂਕਿ ਪਹਿਲਾਂ ਬੰਦਿਆਂ ਨੇ ਚਲੋ ਕੋਈ ਗੱਲ ਨਹੀਂ ਸੀ, ਹੁਣ ਜਦੋਂ ਬੱਚੇ ਨਹੀਂ ਮੰਨਦੇ ਉਹੀ ਜਾ ਕੇ ਬਈ ਬੜੇ ਪਿਆਰ ਨਾਲ ਸਮਝਾਇਆ ਵੀ ਸਾਡੇ ਬੱਚਿਆਂ ਨੇ ਨੀ ਆਉਣਾ, ਤੁਸੀਂ ਜੋ ਬਣਦਾ ਹਿਸਾਬ ਤਾਂ ਸਾਨੂੰ ਦੇ ਦੋ, ਜ਼ਮੀਨ ਰੱਖ ਲਓ। ਮੈਂ ਵੀ ਹੁਣ ਕਾਫੀ ਰਿਸ਼ਤੇਦਾਰੀਆਂ ਜੇ ਦੇਖਿਆ ਜਿਹਨੇ ਤਾਂ ਕੀਤੀ ਜ਼ਿਆਦਾ ਉੱਥੋਂ ਭਜਾਏ ਵੀ ਉਹਨੇ ਫਿਰ ਆਪਣੀ ਮਰਜ਼ੀ ਨਾਲ ਦਿੱਤੀ ਵੇਚ ਤੇ ਫਿਰ ਉਹਨੇ ਦੇਖਿਆ ਤੁਹਾਡਾ ਆਹ ਕੀ ਹੋਇਆ। ਕੁਛ ਬੰਦਿਆਂ ਨੇ ਹਾਲੇ ਵਿਚਾਰੇ ਜਿਹੜੇ ਡਰਦੇ ਆ ਉਹ ਜਾਂਦੇ ਨੀ, ਉਹ ਕਹਿੰਦੇ ਕਿਉਂ ਛੱਡੋ ਪਰ ਜਾਨ ਬਚਾਉਣੀ ਆ ਬਿਲਕੁਲ ਤੇ ਅਸੀਂ ਜਿਹੜੀ ਉੱਥੇ ਮੁੜ ਕੇ ਜਾਣਾ। ਮਾੜਾ ਹੋਰ ਰੱਖਿਓ। ਹਾਂਜੀ ਮਨਜੀਤ ਸਿੰਘ ਜੀ। ਹਾਂਜੀ ਹਾਂਜੀ ਹੁਣ ਜਿੱਦਾਂ ਇਹ ਨੀ ਹੈਗਾ ਕਿਸੇ ਦਾ ਹੱਕ ਨੀ ਬਣਦਾ, ਹੱਕ ਤਾਂ ਉਹਨਾਂ ਦਾ ਬਣਦਾ ਹੀ ਆ ਚਾਹੇ ਜੋ ਮਰਜ਼ੀ ਹੋ ਜਾਵੇ। ਉਹ ਜਿਹੜੇ ਇੰਡੀਆ ਵਾਲੇ ਬੰਦੇ ਉਹਨਾਂ ਨੂੰ ਇਹ ਸੋਚਣੀ ਚਾਹੀਦੀ ਜੇ ਉਹ ਬਾਹਰਲਾ ਬੰਦਾ ਤੁਹਾਨੂੰ ਪਿਆਰ ਨਾ ਦੇ ਰਿਹਾ ਉਹ ਤੁਹਾਨੂੰ ਉਹ ਪਤਾ ਜੇ ਰੁਪਈਏ ਚੋਂ ਚੁਆਨੀ ਲਊਗਾ ਕਹਿਣਾ ਚੱਲ ਕੋਈ ਘਰ ਦਾ ਬੰਦਾ ਇਹਨੂੰ ਦੋ ਤੇ ਪਰ ਲੋਕੀ ਉੱਥੇ ਕਹਿੰਦੇ ਹੁਣ ਚੁਆਨੀ ਵੀ ਫ੍ਰੀ ਚ ਸਾਇਨ ਕਰਕੇ ਚੱਲ ਜਾਵੇ। ਮਤਲਬ ਕਹਿਣ ਦਾ ਮਤਲਬ ਤੇ ਇਹੀ ਆ ਵੀ ਆਪਣਾ ਹੋਊਗਾ ਫਿਰ ਵੀ ਉਹਦੇ ਦਿਲ ਚ। ਹਾਂਜੀ ਹਾਂਜੀ ਬੋਲ। ਹਾਂਜੀ ਹੁਣ ਅੱਜ ਕੱਲ ਤਾਂ ਆਪ ਵਾਲੇ ਜ਼ਿਆਦਾ ਮਾਰਦੇ ਆ ਤੇ ਬਾਹਰਲਾ ਬੰਦਾ ਫਿਰ ਵੀ ਤੁਹਾਡੀ ਬਹੁਤ ਹੈਲਪ ਕਰਦਾ। ਇਹੀ ਹੈ ਮੁਹਾਵਰੇ ਦਾ ਇਹੀ ਮਤਲਬ ਆ ਵੀ ਆਪਣਾ ਥੋੜ੍ਹਾ ਜਿਹਾ ਲਿਹਾਜ ਕਰੂਗਾ ਜੇ ਕਿਸੇ ਕਿਸੇ ਦਿਲ ਦੇ ਕੋਨੇ 'ਚ ਹੋਊਗਾ ਹੀ ਵੀ ਆਪਣਾ ਖੂਨ ਆ ਇੱਕੋ ਖੂਨ ਹੈ। ਅੱਜ ਕੱਲ੍ਹ ਉਹ ਬੰਦਾ ਭੇਤੀ ਹੁੰਦਾ ਘਰ ਦੇ ਬੰਦੇ ਦਾ ਅੱਛਾ ਕਹਿਣਾ ਇੰਨੇ ਦੇ ਯੋਗਾ ਆ ਉਹਦੇ ਕਰਕੇ ਉਹਨੂੰ ਕਹਿ ਦਿੰਦੇ ਵੀ ਇਹਨੂੰ ਜ਼ਿਆਦਾ ਯੂਜ਼ ਕਰ ਕੋਈ ਗੱਲ ਨੀ ਇਹਨੇ ਕਿਹੜਾ ਕਿ ਸਾਨੂੰ ਕੀ ਕਰ ਲੈਣਾ। ਉਹ ਬੰਦਾ ਫਿਰ ਉਹ ਜ਼ਿਆਦਾ ਫਿਰ ਹੋ ਜਾਂਦਾ ਹੜਬ ਕਿਉਂਕਿ ਬਾਹਰਲਾ ਬੰਦਾ ਕੋਈ ਭੁੱਖਾ ਨੰਗਾ ਤਾਂ ਹੈ ਨੀ ਜਿਹੜਾ ਕੋਈ ਏਦਾਂ ਹੀ ਹੋਊਗਾ ਸਾਰੇ ਠੀਕ ਠਾਕ ਹੀ ਆਪਾਂ ਬਿਲਕੁਲ ਵਧੀਆ ਗੁਜ਼ਾਰਾ ਕਰਦੇ। ਇੱਥੇ ਜੇ ਹੁਣ ਵਕੀਲ ਵੀ ਕਰਨੇ ਆ ਪੈਸੇ ਪੂਏ ਹਰ ਚੀਜ਼ ਲੱਗਦੀ ਹੈ ਥੋੜ੍ਹਾ ਉੱਥੇ ਵਾਲਾ ਬੰਦੇ ਨੇ ਪੈਸੇ ਲਾ ਸਕਦੇ ਆ। ਹਾਂਜੀ ਚਲੋ ਮਿਹਰਬਾਨੀ ਜੀ ਬਹੁਤ ਪੰਜੀ ਸਿੰਘ ਓਕੇ ਬਹੁਤ ਧੰਨਵਾਦ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਆਉਂਦੇ ਰਹੋ ਜੀ ਤੁਸੀਂ 580 ਏਰੀਆ ਕੋਡ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ? ਮੈਂ ਜੀ ਡਾਕਟਰ ਕਾਲੋਂ ਬਰਕਲੇ ਤੋਂ। ਜੀ ਡਾਕਟਰ ਸਾਹਿਬ ਸਵਾਗਤ ਹੈ ਜੀ। ਹਾਂਜੀ ਕੀ ਵਿਚਾਰ ਨੇ ਜੀ? ਦੇਖੋ ਇਹ ਗੱਲ ਪੁਰਾਣੀ ਹੋ ਚੁੱਕੀ ਆ। ਅੱਛਾ ਜੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਜੈਸੇ ਰਣ ਮੈਂ ਸਕਾ ਭਰਾ। ਅੱਛਾ ਜੀ। ਉਹ ਗੱਲ ਹੁਣ ਮੈਂ ਤੁਹਾਨੂੰ ਆਪ ਬੀਤੀ ਦੱਸਣਾ। ਮੈਂ ਇੱਥੇ ਆ ਕੇ ਆਪਦੇ ਭਰਾ ਨੂੰ ਉਹਦੇ ਟੱਬਰ ਨੂੰ ਵੀ ਸਪਾਂਸਰ ਕੀਤਾ। ਉਹਦੀ ਜਨਾਨੀ ਮੁਖਬਰੀ ਕਰ ਰਹੀ ਸੀ, ਮੈਂ ਵੀ ਇਹਨੂੰ ਨਾ ਲਿਆਓ। ਆ ਕੇ ਮੇਰੇ ਦੁਸ਼ਮਣਾਂ ਨਾਲ ਲੱਗ ਗਏ। ਮੈਂ ਉਦੋਂ ਬਾਅਦ ਮੇਰੀ ਮਾਂ ਦੀ ਡੈਥ ਹੋਈ, ਮੈਂ ਉਹਨਾਂ ਨੂੰ ਕਿਹਾ ਵੀ ਭਾਈ ਮੇਰੀ ਮਾਂ ਦੀ ਆ, ਮੈਂ ਵਾਪਸ ਗਿਆ ਇੰਡੀਆ ਵੀ ਇਸ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਨਹੀਂ ਹੋ ਸਕਦੇ। ਉਹ ਹਲੇ ਵੀ ਕਿਤੇ ਸਾਂਝੇ ਥਾਂ ਤੇ ਗਾਲਾਂ ਕੱਢਦੇ ਆ
ਇਹ ਹੁਣ ਲੱਗਦਾ ਵੀ ਉਹ ਤਾਂ ਬਾਬੇ ਨੂੰ ਵੀ ਮੇਰੇ ਖਿਆਲ ਚਾਹੁੰਦੀ ਲੱਗ ਗਈ ਜਾਂ ਇਸ ਟਾਈਮ ਦਾ ਨਹੀਂ ਸੀ ਪਤਾ ਵੀ ਇੱਥੇ ਲੋਕ ਇੰਨੇ ਖੁਦਗਰਜ਼ ਜਾਂ ਕਲਚਰ ਭੁੱਲ ਚੁੱਕੇ ਆ। ਠੀਕ ਆ, ਅੱਗੇ ਕਹਿੰਦੇ ਸੀ ਵੀ ਉਹ ਛਾਵੇਂ ਸੁੱਟੂਗਾ, ਉਹ ਮੇਰੇ ਖਿਆਲ ਉਹ ਜਿਹੜੇ ਛਾਵੇਂ ਸੁੱਟੇ ਸੀ ਉਹ ਕਦੇ ਉਹਨਾਂ ਦਾ ਭੋਗ ਪੈ ਚੁੱਕਿਆ ਜਾਂ ਉਹਨਾਂ ਦੀਆਂ ਅਸਥੀਆਂ ਪੈ ਚੁੱਕੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਜਾਣਨਾ ਚਾਹੁੰਦਾ ਸੀ ਤੁਹਾਡੇ ਕੋਲੋਂ ਵੀ ਇਹੋ ਜਿਹੇ ਹਾਲਾਤਾਂ ਦੇ ਕਾਰਨ ਕੀ ਹੈ ਜਿਹੜੇ ਹੁਣ ਸਾਡੇ ਦਰਸ਼ਕਾਂ ਨਾਲ ਅਸੀਂ ਗੱਲ ਚੱਲੀ ਹੈ ਵੀ ਇਹ ਅਸੀਂ ਅਕਸਰ ਇਹ ਦੇਖਦੇ ਹਾਂ ਇਹੋ ਜਿਹੇ ਹਾਲਾਤ ਆਮ ਘਰਾਂ ਦੇ ਵਿੱਚ ਹੋ ਜਾਂਦੇ ਆ, ਬਹੁਤ ਸਾਰੇ ਘਰਾਂ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਅਕਸਰ ਕਿ ਲੇਡੀਜ਼ ਵੱਲੋਂ ਇਹ ਸਮੱਸਿਆ ਸ਼ੁਰੂ ਹੁੰਦੀ ਹੈ ਜੋ ਕਿ ਵੱਧਦੀ 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 ਬਹੁਤ ਵੱਡੇ ਪੱਧਰ 'ਤੇ ਵੱਧ ਜਾਂਦੀ ਹੈ। ਘਰਾਂ ਦੇ ਵਿੱਚ ਜੇ 4-5 ਬਹੂਆਂ ਨੇ ਤਾਂ ਵਿੱਚੋਂ ਇੱਕ ਅੱਧੀ ਦਾ ਸੁਭਾਅ ਇੱਦਾਂ ਦਾ ਹੁੰਦਾ ਕਿ ਉਹਨੇ ਕੋਈ ਨਾ ਕੋਈ ਪੰਗਾ ਪਾ ਕੇ ਜਾਂ ਅਲੈਦਾ ਹੋਣ ਦਾ ਜਾਂ ਕਰਨ ਦਾ, ਜਿਵੇਂ ਹੁਣ ਡਾਕਟਰ ਸਾਹਿਬ ਨੂੰ ਦੱਸਿਆ ਇੱਕਦਮ ਭਾਵੁਕ ਕਰਨ ਵਾਲੀ ਗੱਲਬਾਤ ਜਿਹੜੀ ਹੈਗੀ ਸੀ। ਜੇ ਸਾਡੇ ਹੁਣ ਪਰਿਵਾਰਾਂ ਦੇ ਵਿੱਚ ਜਿਹੜੀ ਇਹਨਾਂ ਨੇ ਚੀਜ਼ ਦੱਸੀ ਹੈ ਵੀ ਇਹ ਚੀਜ਼ ਆਈ ਆ ਅਤੇ ਕਿਉਂ ਆਉਂਦੀ ਆ, ਕਿਹਨਾਂ ਕਾਰਨਾਂ ਕਰਕੇ ਆਉਂਦੀ ਹੈ, ਇਹਦੇ ਹੱਲ ਕੀ ਨੇ? ਵੀ ਚਲੋ ਪਹਿਲਾਂ ਜੋ ਆ ਗਈਆਂ ਗਾਂਹ, ਹੁਣ ਨਿਆਣੇ ਘੱਟੋ ਘੱਟ ਸਾਡੇ ਇੱਕ, ਸਾਡੇ ਇਹ ਵੀ ਬੜੀ ਪ੍ਰੋਬਲਮ ਹੈ ਕਿ ਜੇ ਅਸੀਂ ਲੜ ਪਏ ਦੋ ਭਰਾ ਆਪਸ ਦੇ ਵਿੱਚ ਤਾਂ ਅਸੀਂ ਨਿਆਣਿਆਂ 'ਤੇ ਵੀ ਪਾਬੰਦੀ ਲਾ ਦਿੰਦੇ ਵੀ ਤੁਸੀਂ ਖਬਰਦਾਰ ਜੇ ਉਹਨਾਂ ਨਿਆਣਿਆਂ ਨੂੰ ਮਿਲੇ, ਖਬਰਦਾਰ ਜੇ ਉਹਨਾਂ ਨੂੰ ਕੋਈ ਗਿਆ ਕਿ ਖਬਰਦਾਰ ਜੇ ਉਹਨਾਂ ਕੋਈ ਚੀਜ਼ ਲੈ ਖਾਧੀ, ਇਹ ਵੀ ਸਮੱਸਿਆ ਹੈਗੀ ਹੈ। ਬਾਅਦ ਦੇ ਵਿੱਚ ਫਿਰ ਨਿਆਣੇ ਵੀ ਜਿਹੜੇ ਆ ਉਹ ਟੁੱਟਦੇ ਟੁੱਟਦੇ ਟੁੱਟ ਜਾਂਦੇ ਆ, ਉਹ ਵੀ ਆਪਸ ਵਿੱਚ ਨਹੀਂ ਬਣਾਉਂਦੇ ਤਾਂ ਗੱਲ ਬਿਲਕੁਲ ਖਤਮ ਹੋ ਜਾਂਦੀ ਆ। ਇੱਥੇ ਮੈਨੂੰ ਇਹ ਲੱਗਦਾ ਵੀ ਬੱਚਿਆਂ ਦੇ ਉੱਪਰ ਇਹ ਪਾਬੰਦੀਆਂ ਸ਼ਾਇਦ ਨਹੀਂ ਲਾਉਣੀ ਚਾਹੀਦੀਆਂ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਕਿ ਇਸ ਤਰ੍ਹਾਂ ਜਿਹੜੀ ਪਾਬੰਦੀ ਬੱਚਿਆਂ ਦੇ ਉੱਪਰ ਲਾਉਣੀ, ਇਹ ਵੀ ਨਾਲ ਜੁੜਦੀ ਗੱਲ ਚਲੋ ਹੋ ਗਈ। ਆਪਣਿਆਂ ਦੀ ਗੱਲ ਕਰਦੇ ਤਾਂ ਆਪਣਿਆਂ ਦੇ ਵਿੱਚ ਇਹ ਚੀਜ਼ ਵੀ ਆ ਗਈ ਹੈ ਕਿ ਜਿਹੜੀ ਅਸੀਂ ਇਸ ਤਰ੍ਹਾਂ ਬੱਚਿਆਂ ਦੇ ਉੱਪਰ ਪਾਬੰਦੀ ਲਾਉਂਦੇ ਹਾਂ ਉਹ ਲਾਉਣੀ ਕਿੰਨੀ ਕੁ ਜਾਇਜ਼ ਹੈਗੀ ਆ, ਇਹ ਵੀ ਅਸੀਂ ਨਾਲ ਨਾਲ ਗੱਲ ਕਰ ਸਕਦੇ ਹਾਂ। ਕਿਉਂਕਿ ਆਪਣੇ ਫਿਰ ਵੀ ਜੋ ਮਰਜ਼ੀ ਕਰੀਏ ਜੀ, ਮੇਰੇ ਖਿਆਲ ਦੇ ਨਾਲ ਆਪਣੇ ਫਿਰ ਵੀ ਆਪਣੇ ਹੁੰਦੇ ਆ, ਪਰ ਬਹੁਤ ਸਾਰੇ ਘਰਾਂ ਦੇ ਵਿੱਚ ਆਪਣੇ ਇਸ ਤਰ੍ਹਾਂ ਬੇਗਾਨੇ ਹੋ ਕੇ ਟੱਕਰਦੇ ਆ, ਇੰਨੀ ਕੁ ਬੁਰੀ ਤਰ੍ਹਾਂ ਬੇਗਾਨੇ ਹੋ ਕੇ ਟੱਕਰਦੇ ਆ ਅਤੇ ਕਿ ਬੰਦਾ ਆਪਣਿਆਂ ਦਾ ਨਾਮ ਲੈਂਦਾ ਵੀ ਡਰਨ ਲੱਗ ਪੈਂਦਾ ਵੀ ਭਾਈ ਨਹੀਂ ਆਪਣਿਆਂ ਦਾ ਨਾਮ ਵੀ ਜਿਹੜਾ ਉਹ ਆਪਾਂ ਨਹੀਂ ਲੈਣਾ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣਿਆਂ ਦੀ ਗੱਲ ਕਰਾਂਗੇ। ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਸ਼ਾਮਿਲ ਹੋ ਸਕਦੇ ਹੋ। ਕੋਈ ਗੱਲਬਾਤ, ਕੋਈ ਵਿਸ਼ਾ, ਮੇਰੇ ਖਾਸ ਤੌਰ 'ਤੇ ਮੈਂ ਜਿਹੜੀ ਵਾਰ ਵਾਰ ਬੇਨਤੀ ਮੈਂ ਇਹੀ ਕਰਦਾ ਵੀ ਇਹਨੂੰ ਕਿਵੇਂ ਅਸੀਂ ਅਵੋਇਡ ਕਰ ਸਕਦੇ ਹਾਂ, ਜਿਹਨਾਂ ਜਾਂ ਜਿਹਨਾਂ ਘਰਾਂ ਵਿੱਚ ਪ੍ਰੋਬਲਮ ਹੈਗੀ ਆ ਉਹ ਇਹਦਾ ਕਿਵੇਂ ਹੱਲ ਕਰ ਸਕਦੇ ਆ। ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਗੱਲਬਾਤ ਅੱਜ ਆਪਣੀ ਚੱਲ ਰਹੀ ਆ ਆਪਣਿਆਂ ਬਾਰੇ ਅਤੇ ਆਪਣਿਆਂ ਦੇ ਵਿੱਚ ਬੜਾ ਕੁਛ ਆ ਜਾਂਦਾ। ਮੇਨ ਤਾਂ ਅਸੀਂ ਆਪਣੇ ਜਿਹੜੇ ਹੈਗੇ ਤਕਰੀਬਨ ਬਲੱਡ ਰਿਲੇਸ਼ਨ ਜਿਹੜਾ ਹੁੰਦਾ ਉਹਨਾਂ ਨੂੰ ਕਹਿ ਦਿੰਦੇ ਹਾਂ, ਚਾਚੇ ਤਾਇਆਂ ਦੇ ਵਿੱਚੋਂ ਕਹਿ ਦਿੰਦੇ ਹਾਂ। ਅਤੇ ਚਾਚੇ ਤਾਇਆਂ ਦੇ ਵਿੱਚ ਵੀ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਤਾਂ ਬੜੀ ਵਧੀਆ ਏਕਤਾ, ਬਹੁਤ ਯੂਨਾਈਟਿਡ ਫੈਮਿਲੀ ਆ, ਜੁਆਇੰਟ ਫੈਮਿਲੀ 'ਚ ਰਹਿੰਦੀਆਂ ਨੇ, ਬਹੁਤ ਵਧੀਆ ਹੈਗਾ ਸਾਰਾ ਕੁਛ। ਪਰ ਅਸੀਂ ਬਹੁਤ ਸਾਰੇ ਘਰਾਂ ਦੀ ਗੱਲ ਕਰੀਏ ਤਾਂ ਚਾਚੇ ਤਾਇਆਂ ਦੇ ਵੀ ਬਹੁਤ ਵੱਡੇ ਵੱਡੇ ਪੰਗੇ ਨੇ। ਪਹਿਲਾਂ ਦਾਦੇ ਵੇਲੇ ਇੱਕੋ ਘਰ ਹੁੰਦਾ, ਬਹੁਤ ਵੱਡਾ ਘਰ ਹੁੰਦਾ, ਅਤੇ ਬਾਅਦ ਦੇ ਵਿੱਚ ਫਿਰ ਕੰਧਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਕਾਜੀ ਉਹ ਫਿਰ ਜਦੋਂ ਕੋਈ ਵਾਹਵਾ ਨਿਆਣੂ ਨੇ ਵਿਆਹੁੰਦੇ ਹਾਂ ਤਾਂ ਫਿਰ ਨਵੇਂ ਆਏ ਜੀ ਨੂੰ ਵਹੁਟੀ ਨੂੰ ਦੱਸਦੇ ਵੀ ਆਹ ਚਾਚਾ ਤੇਰਾ ਇੱਧਰ ਰਹਿੰਦਾ, ਚਾਚਾ ਜੀ ਪਰਲੀ ਕੰਧ ਦੇ ਦੁਆਲੇ ਤਾਇਆ ਰਹਿੰਦਾ ਆ, ਅਤੇ ਇਹ ਬਸ ਇੱਦਾਂ ਹੀ ਇੱਦਾਂ ਨੇ ਇਕੱਠੇ ਸੀ ਪਹਿਲਾਂ ਅਤੇ ਹੁਣ ਅੱਡ ਅੱਡ ਹੋ ਗਏ। ਸੋ ਆਪਣਿਆਂ ਦੀ ਗੱਲ, ਕਿਵੇਂ ਆਪਣੇ ਰਹਿ ਸਕਦੇ ਆ, ਇਹ ਅੱਜ ਦਾ ਮੇਰਾ ਵਿਸ਼ਾ ਹੈਗਾ। ਪਿੰਡਾਂ ਦੇ ਵਿੱਚ ਆਪਾਂ ਸਾਰੇ ਉੱਠ ਕੇ ਆਏ ਹਾਂ, ਕੀ ਵਿਚਾਰ ਨੇ ਤੁਹਾਡੇ, ਕੱਲ੍ਹ ਨਾਲ ਆਪਾਂ ਲੈਂਦੇ ਜੀ। ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਸਰਦਾਰ ਗੁਰਦੀਪ ਸਿੰਘ ਜੀ ਸੰਧਰ ਸਾਹਿਬ। ਹਾਂਜੀ ਜੱਗੀ ਸਾਹਿਬ, ਖੂਹ ਦਾ ਪਾਣੀ ਸਭ ਫਸਲਾਂ ਨੂੰ ਇੱਕੋ ਜਿਹਾ ਹੀ ਮਿਲਦਾ ਜੀ, ਪਰ ਫਿਰ ਵੀ ਕਰੇਲਾ ਕੌੜਾ, ਗੰਨਾ ਮਿੱਠਾ, ਤੇ ਇਮਲੀ ਖੱਟੀ ਹੁੰਦੀ ਆ ਜੀ। ਇਹ ਦੋਸ਼ ਪਾਣੀ ਦਾ ਨਹੀਂ ਹੈ, ਬੀਜ ਦਾ ਹੈ। ਠੀਕ ਉਸੇ ਤਰ੍ਹਾਂ ਸਾਰੇ ਮਨੁੱਖ ਇੱਕੋ ਜਿਹੇ ਹੀ ਹੁੰਦੇ ਆ, ਪਰ ਉਹਨਾਂ ਉੱਤੇ ਅਸਰ ਸੰਸਕਾਰਾਂ ਦਾ ਹੁੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਜਿਹੜਾ ਬੰਦਾ ਕਿਸੇ ਨਾਲ ਪਰਿਵਾਰਕ ਮੈਂਬਰ ਗੇਮ ਕਰਦਾ ਆ, ਉਹ ਹੋ ਸਕਦਾ ਉਹਨੂੰ ਸੰਸਕਾਰ ਕਿਸੇ ਉਹਨਾਂ ਦੇ ਵਿੱਚੋਂ ਚਾਚੇ ਤਾਏ ਜਾਂ ਕਿਸੇ ਨਾਲ ਸ਼ਰੀਕੇ ਵੱਲੋਂ ਸੰਸਕਾਰ ਏਦਾਂ ਦੇ ਪੜ੍ਹਾਏ ਜਾਂਦੇ ਹੋਣ ਕਿ ਚਲਾਕੀ ਵਾਲੇ ਤੇ ਉਹ ਉੱਧਰ ਨੂੰ ਮੋੜ ਹੋ ਜਾਂਦੇ। ਪਰ ਜੇ ਤੁਹਾਡੇ ਘਰ ਚੋਂ ਸੰਸਕਾਰ ਸਾਰਿਆਂ ਨੂੰ ਵਧੀਆ ਮਿਲਿਆ ਤਾਂ ਅਜੇ ਵੀ ਉਹ ਹੈ ਆਪਣਾ ਬੰਦਾ, ਆਪਣਾ ਭੈਣ ਭਰਾ ਅਜੇ ਵੀ ਛਾਂ 'ਚ ਜਾਂ ਕਿਤੇ ਉਹਨੂੰ ਦੇਖੇਗਾ ਕਿ ਕਿਸੇ ਨਾਲ ਲੜਾਈ ਹੋ ਜਾਂਦੀ ਹੈ। ਮੈਂ ਬਹੁਤ ਦੇਖਿਆ ਪਿੰਡ 'ਤੇ, ਤੇ ਉਹਦਾ ਭਰਾ ਬਦਲਾ ਲੈਣ ਲਈ ਜਿਹਨੇ ਛੋਟੇ ਨੂੰ ਕੁੱਟਿਆ ਉਹ ਜਾ ਕੇ ਉਹਨਾਂ ਲੜਦਾ ਆ, ਅਸੀਂ ਦੇਖਿਆ ਜਵਾਨੀ ਦੇ ਵਿੱਚ। ਇਹ ਭਰਾ ਜਾਂ ਇਹ ਆਪਣੇ ਦੁੱਖ ਆਉਂਦਾ ਆ ਆਪਣੇ ਤੇ ਕੁਛ ਹੋਵੇ ਤਾਂ। ਹਾਂਜੀ, ਇਹ ਜਿਹੜਾ ਕਹਿੰਦੇ ਸੀ ਬਾਹਾਂ ਹੁੰਦੀਆਂ ਨੇ ਭਰਾ, ਉਹ ਗੱਲ ਸੱਚੀ ਹੈ। ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਵੀ ਦੇਖਿਆ ਮੈਂ। ਉਹ ਕਿਤੇ ਦੇਖੋ ਸੰਸਕਾਰਾਂ ਦਾ ਥੋੜਾ ਸੰਸਕਾਰ
ਕੱਲਾ ਆਦਮੀ ਘਰ ਚੋਂ ਤਾਂ ਨਹੀਂ ਲੈਂਦਾ, ਸੋਸਾਇਟੀ ਵੀ ਸੰਸਕਾਰ ਦਿੰਦੀ ਆ, ਟੀਚਰ ਵੀ ਦਿੰਦੇ ਆ, ਧਾਰਮਿਕ ਸੰਸਥਾਵਾਂ ਵੀ ਦਿੰਦੀਆਂ, ਗਲਤ ਮਲਤ ਲੋਕ ਵੀ ਸੰਸਕਾਰ ਭਰਦੇ ਆ। ਸੰਸਕਾਰ ਦਾ ਦਾਇਰਾ ਸਿਰਫ ਘਰ ਚ ਹੀ ਨਹੀਂ ਹੈ, ਆਲੇ ਦੁਆਲੇ ਵੀ, ਜੇ ਤੁਹਾਡੀ ਸੋਸਾਇਟੀ ਖਰਾਬ ਆ ਤੁਹਾਡੇ ਸੰਸਕਾਰ ਵੀ ਗਲਤ ਹੋ ਜਾਣੇ ਆ। ਸੋ ਇਹ ਸਾਰਾ ਸੰਸਕਾਰਾਂ ਦਾ ਦੋਸ਼ ਹੈ, ਬੰਦੇ ਪਰਮਾਤਮਾ ਨੇ ਇੱਕੋ ਜਿਹੇ ਭੇਜੇ ਆ ਮੇਰੇ ਹਿਸਾਬ ਨਾਲ। ਜਿਹੜਾ ਸੁੰਦਰ ਸਾਹਿਬ ਪਹਿਲਾਂ ਅਸੀਂ ਦੇਖਦੇ ਹੁੰਦੇ ਸੀਗੇ ਵੀ ਜ਼ਮੀਨਾਂ ਪਿੱਛੇ ਪੰਜਾਬ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਘਰ ਬਰਬਾਦ ਹੋਏ ਸੀ, ਉਹ ਮੇਰੇ ਖਿਆਲ ਹੁਣ ਤਾਂ ਨਹੀਂ ਓਨੀ ਸਥਿਤੀ ਗੰਭੀਰ ਹੈਗੀ ਕਿ ਜਾਂ ਅੱਜ ਕੱਲ੍ਹ ਵੀ ਪੰਜਾਬ ਦੇ ਵਿੱਚ ਉਹੀ ਹਾਲਾਤ ਨੇ ਪੁਰਾਣੇ ਕਿਤੇ। ਜੱਗੀ ਸਾਹਿਬ ਮੈਨੂੰ ਗਏ ਨੂੰ ਬਹੁਤ ਦੇਰ ਹੋ ਗਈ, ਮੈਨੂੰ ਨੌਲੇਜ ਨਹੀਂ ਇਹਦੇ ਬਾਰੇ, ਹੁਣ ਕੋਈ ਭੈਣ ਭਰਾ ਜਿਹੜਾ ਜਾਂਦਾ ਹੋਵੇ ਬਾਰ ਬਾਰ ਉਹਨੂੰ ਪਤਾ ਹੋ ਸਕਦਾ। ਜਿਹੜਾ ਤੇ ਮੈਂ ਹਾਂਜੀ ਜਿਹੜਾ ਕਹਿੰਦੇ ਜੀ ਵੀ ਆਪਣਾ ਮਾਰੂ ਤੇ ਛਾਵੇਂ ਸੁੱਟੂ, ਇਹ ਮੁਹਾਵਰੇ ਦੇ ਵਿੱਚ ਇਹੀ ਮੇਨ ਤਾਂ ਦੱਸਿਆ ਗਿਆ ਵੀ ਚਲੋ ਜਿੰਨਾ ਮਰਜ਼ੀ ਆਪਸ ਦੇ ਵਿੱਚ ਮਨ ਮੁਟਾਵ ਹੋਵੇ ਵੀ ਦਿਲ ਦੇ ਵਿੱਚ ਕਿਤੇ ਨਾ ਕਿਤੇ ਪਿਆਰ ਤਾਂ ਹੈਗਾ ਆ, ਅਜੇ ਵੀ ਹੈਗਾ ਤਰਸ ਆ, ਉਹ ਤਾਂ ਆਪਣੇ ਨੂੰ ਆਊਗਾ, ਬਗਾਨੇ ਨੂੰ ਕਦੇ ਨਹੀਂ ਆਊਗਾ। ਉਹ ਧੁੱਪੇ ਜੇ ਸਿੱਟ ਦਿੱਤਾ ਕਿਸੇ ਨੇ ਬਟ ਉਹ ਕੇ ਆਪਣਾ ਹੋਊਗਾ, ਤੁਹਾਨੂੰ ਜ਼ਰੂਰ ਛਾਵੇਂ ਜਾਂ ਕੁਛ ਨਾ ਕੁਛ ਕਰ ਲਏਗਾ, ਉਹਦੇ ਤਰਸ ਆਏਗਾ ਦਿਲ 'ਚ, ਉਹਦੇ 'ਚ ਹਿਊਮੈਨਿਟੀ ਆਏਗੀ ਥੋੜ੍ਹੀ ਬਹੁਤ, ਚਾਹੇ ਕੁਛ ਵੀ ਆ, ਲੋਕ ਚਾਹੇ ਕੁਛ ਕਹਿ ਲੈਣ, ਮੈਂ ਉਹਦੇ ਨਾਲ ਪੂਰਾ ਸਹਿਮਤ ਨਹੀਂ ਹੈ, ਹੈਗਾ ਇੱਕਾ ਦੁੱਕਾ, ਪਰ ਇੱਦਾਂ ਨਹੀਂ ਆ ਇਹ ਇੰਨੀ ਵੀ ਕਿਸੇ ਬਹੁਤ ਲੋਕਾਂ ਦੀ ਜ਼ਮੀਰ ਨਹੀਂ ਗਿਰੀ ਹੋਈ ਆ, ਕਿਸੇ ਕਿਸੇ ਦੀ ਹੋ ਸਕਦੀ ਆ ਮੈਂ ਮੰਨਦਾ ਆ, ਪਰ ਇਹਨਾਂ ਇਹਨਾਂ ਉਹ ਗੱਲ ਬਿਲਕੁਲ ਠੀਕ ਆ, ਆਪਣਾ ਸ਼ਾਮੇ ਜੇ ਆਪਣਾ ਤੀਰਥ ਆਪਣਾ ਸੁੰਦਰ ਸਾਹਿਬ ਠੀਕ ਆ, ਮੰਨ ਲਈ ਇਹ ਗੱਲ ਅਸੀਂ ਵੀ ਚਲੋ ਲੜਾਈ ਝਗੜੇ ਹੁੰਦੇ ਨੇ ਘਰਾਂ ਦੇ ਵਿੱਚ ਜ਼ਮੀਨਾਂ ਦੇ ਹੁੰਦੇ ਨੇ, ਇਹ ਕਿੱਥੋਂ ਤੱਕ ਜਾਇਜ਼ ਹੈਗਾ ਕਿ ਬੱਚਿਆਂ ਨੂੰ ਵੀ ਆਪਸ ਵਿੱਚ ਨਹੀਂ ਮਿਲਵਰਤਨ ਦੇਣਾ, ਬੱਚਿਆਂ ਦੇ ਵਿੱਚ ਵੀ ਉਹੀ ਦੁਸ਼ਮਣੀਆਂ ਕ੍ਰੀਏਟ ਹੋ ਜਾਂਦੀਆਂ? ਉਹ ਗਲਤ ਹੈ, ਮਾਂ ਬਾਪ ਲਈ ਗਲਤ ਹੈ, ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਇੱਦਾਂ ਦੇ ਸੰਸਕਾਰ ਨਹੀਂ ਦੇਣੇ ਚਾਹੀਦੇ ਕਿ ਤੂੰ ਮੇਰੀ ਉਹਦੇ ਨਾਲ ਗੱਲਬਾਤ ਨਹੀਂ ਹੈ ਤਾਂ ਤੁਸੀਂ ਵੀ ਨਹੀਂ ਕਾਕਾ ਬੋਲਣਾ, ਇਹ ਬਹੁਤ ਗਲਤੀ ਆ, ਇਹ ਤੁਹਾਡੀ ਆਪਣੀ ਗਲਤੀ ਆ। ਉਹੀ ਹੈ ਨਾ, ਪਾਣੀ ਤਾਂ ਇਹ ਸਭ ਨੂੰ ਬਰਾਬਰ ਮਿਲਦਾ ਤੇ ਫਲ ਉਹਨਾਂ ਦਾ ਫਿਰ ਵੀ ਕੋਈ ਖੱਟਾ ਆ, ਕੋਈ ਮਿੱਠਾ ਆ, ਕੁਛ ਪਾਣੀ ਦਾ ਥੋੜ੍ਹੀ ਦੋਸ਼ ਹੈ, ਤੁਹਾਡਾ ਦੋਸ਼ ਆ, ਮਾਂ ਬਾਪ ਦਾ ਦੋਸ਼ ਆ, ਜਾਂ ਤੁਹਾਡੇ ਜਿਹੜੇ ਟੀਚਰ ਆ, ਜਾਂ ਕੋਈ ਤੁਹਾਨੂੰ ਪੜ੍ਹਾਉਂਦਾ ਆ, ਦਾਦਾ ਦਾਦੀ ਵੀ ਹੋ ਸਕਦੇ, ਨਾਨਾ ਨਾਨੀ ਵੀ ਹੋ ਸਕਦੇ, ਕਾਕਾ ਨਹੀਂ ਉਹਨਾਂ ਨਹੀਂ ਬੋਲਣਾ, ਇਹ ਮੇਰੇ ਬੱਚਿਆਂ ਨੂੰ ਰੋਕਣਾ, ਉਹ ਗਲਤ ਗੱਲ ਆ, ਉਹ ਤੁਹਾਡੇ ਸੰਸਕਾਰ ਗਲਤ ਦੇ ਰਹੇ ਆ ਤੁਸੀਂ ਉਹਨਾਂ ਨੂੰ। ਅਕਸਰ ਪ੍ਰੋਗਰਾਮ ਦੇ ਜ਼ਰੀਏ ਇਹੀ ਬੇਨਤੀ ਕਰਦਾ ਹੁੰਦਾ ਵੀ ਘਰਾਂ ਦੇ ਵਿੱਚ 100 ਗੱਲਾਂ ਹੁੰਦੀਆਂ, ਸਾਡੇ ਵੀ ਚਲੋ ਉਹ ਸਾਰੇ ਅਸੀਂ ਵੀ ਇੱਕੋ ਹੀ ਗੱਲ ਆ, ਅਤੇ ਮੈਂ ਹਮੇਸ਼ਾ ਨਿਆਣਿਆਂ ਨੂੰ ਕਿਹਾ, ਹਮੇਸ਼ਾ ਕਹਿੰਦਾ ਹੁੰਦਾ ਸੀ ਵੀ ਤੁਸੀਂ ਭਾਈ ਸਾਡੀ ਆਪਸ ਦੇ ਵਿੱਚ ਵਿਚਾਰ ਨਹੀਂ ਮਿਲਦੇ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਜਾਣੇ ਆਉਂਦੇ ਹੋ ਤੁਸੀਂ ਉਸੇ ਤਰ੍ਹਾਂ ਹੀ ਜਾ ਕੇ ਪੈਰੀ ਹੱਥ ਲਾਉਣਾ ਅਤੇ ਉੱਦਾਂ ਹੀ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਬੁਲਾਓ, ਮਿਲੋ ਗਿਲੋ ਸਾਰੇ। ਮੈਂ ਜੱਗੀ ਸਾਹਿਬ ਬਹੁਤ 32 ਮੈਂਬਰ ਸੀ ਸਾਡੇ ਫੈਮਿਲੀ ਦੇ, ਔਰ ਮੇਰੀ ਮਦਰ ਦਾ ਇਹ ਕਹਿਣਾ ਸੀ ਅਸੀਂ ਦਰਾਣੀਆਂ ਜਠਾਣੀਆਂ ਭਾਵੇਂ 1000 ਵਾਰ ਲੜੀਏ ਪਰ ਤੁਸੀਂ ਨਹੀਂ ਬੋਲਣਾ ਹਟਣਾ, ਤੁਸੀਂ ਚਾਚੇ ਤਾਏ ਅੱਗੇ ਮੋਹਰੇ ਬੋਲਣਾ ਨਹੀਂ, ਇਹ ਮੇਰੀ ਮਦਰ ਦਾ ਵੀ ਹੁਕਮ ਹੁੰਦਾ ਸੀ। ਉਹ ਏਦਾਂ ਏਦਾਂ ਇਹ ਤੁਹਾਡੇ ਸੰਸਕਾਰ ਮਿਲਦੇ ਆ ਨਾ, ਫਿਰ ਤੁਸੀਂ ਠੀਕ ਰਹਿੰਦੇ ਆ ਬਿਲਕੁਲ। ਤੇ ਅੱਜ ਕੱਲ ਇਹ ਚੀਜ਼ਾਂ ਮੇਰੇ ਖਿਆਲ ਕਾਫੀ ਇਹਦੀ ਜ਼ਰੂਰਤ ਹੈਗੀ ਆ ਹਜੇ ਵੀ ਸਾਨੂੰ ਪਰਿਵਾਰਾਂ ਦੇ ਵਿੱਚ ਬਿਲਕੁਲ। ਜਿਹੜੀਆਂ ਕਹਾਣੀਆਂ ਬਣੀਆਂ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਆਪਣਾ ਸਿੱਟੂ ਤਾਂ ਉਹ ਹੈਗੀਆਂ ਤਾਂ ਹੈ ਸੱਚੀਆਂ, ਅਜੇ ਵੀ ਕੋਈ ਝੂਠੇ ਨਹੀਂ, ਇੱਕਾ ਦੁੱਕਾ ਚਲੋ ਹੋ ਜਾਂਦਾ ਹਰੇਕ ਜਗ੍ਹਾ, ਪਰ ਆਪਾਂ ਨੂੰ ਵੀ ਸੁਧਰਨਾ ਚਾਹੀਦਾ ਨਾ ਵੀ ਬੱਚਿਆਂ ਨੂੰ ਨਾ ਯਾਰ ਏਦਾਂ ਕਹੀਏ ਵੀ ਉਹਦੇ ਨਾਲ ਨੀ ਸਾਡੀ ਨਹੀਂ ਬਣਦੀ ਤਾਂ ਬੱਚਿਆਂ ਨੂੰ ਵੀ ਰੋਕੀਏ, ਉਹ ਤਾਂ ਏਦਾਂ ਦੀਆਂ ਛੋਟੀ ਛੁੱਟੀਆਂ ਕਈ ਗੱਲਾਂ ਹੋ ਸਕਦੀਆਂ ਜੀ। ਮਨ ਮਟਾਉ ਹੁੰਦਾ ਉਹਦੇ ਨਾਲ, ਜੇ ਮਾਂ ਬਾਪ ਨੇ ਬੱਚਿਆਂ ਨੂੰ ਪਹਿਲਾਂ ਹੀ ਸਮਝਾਇਆ ਹੋਵੇ ਇਹੋ ਗੱਲ ਵੀ ਜੇ ਭਰਾ ਆ ਇੱਕਾ ਦੁੱਕਾ ਹੋ ਗਿਆ ਚੱਲ ਜੇ ਬੜਾ ਆ ਤਾਂ ਉਹਨੂੰ ਕਰ ਲੈਣ ਦੇ, ਜੇ ਛੋਟਾ ਆ ਚੱਲ ਛੱਡ ਦੇ ਤੂੰ, ਤਾਂ ਉਹ ਏਦਾਂ ਏਦਾਂ ਵੀ ਅਸੀਂ ਦੇਖੀ ਆ ਕਿ ਜੇ ਇੱਕ ਭਰਾ ਨਹੀਂ ਹੈ ਚੱਲ ਤੂੰ ਚੱਲ ਥੋੜਾ ਵੱਧ ਲੈ ਲਾ ਯਾਰ ਕੋਈ ਗੱਲ ਨੀ ਤੂੰ ਮੇਰਾ ਭਰਾ ਹੈ, ਤਾਂ ਵੀ ਹੁੰਦੀ ਆ ਨਾ, ਇਹ ਤਾਂ ਨੀ ਵੀ ਨਹੀਂ ਹੁੰਦੀ। ਸੋ ਇਹ ਸੰਸਕਾਰ ਜਿਹੜੇ ਮਾਂ ਬਾਪ ਦੇ ਉੱਤੇ ਨਿਰਭਰ ਜ਼ਿਆਦਾ ਕਰਦਾ ਕਿ ਉਹਨਾਂ ਆਪਣੇ ਬੱਚੇ ਨੂੰ ਪਹਿਲਾਂ ਹੀ ਏਦਾਂ ਦੇ ਪਾਠ ਪੜ੍ਹਾਓ ਵੀ ਏਦਾਂ ਦੀ ਨੌਬਤ ਹੀ ਨਹੀਂ ਆਵੇ। ਜੇ ਤੁਸੀਂ ਘਰੋਂ ਹੀ ਛੋਟੀ ਲਾਉਣੀ ਹੈ, ਤੇਰਾ ਭਰਾ ਤੇਰੇ ਨਾਲ ਏਦਾਂ ਕਰਦਾ, ਮਾਂ ਬਾਪ ਹੀ ਕਹੀ ਜਾਵੇ ਜਾਂ ਚਾਚਾ ਤਾਇਆ ਚੱਕੀ ਜਾਵੇ, ਤਾਂ ਫਿਰ ਲੜਾਈ ਆਪੇ ਹੀ ਹੋਣੀ ਹੈ। ਮੈਂ ਅੱਜ ਤਾਂ ਇੱਦਾਂ ਗੱਲ ਸ਼ੁਰੂ ਕੀਤੀ, ਮੈਂ 2 ਖਬਰਾਂ ਅੱਜ ਪੜ੍ਹੀਆਂ, ਇੱਕ ਤਾਂ ਤਾਏ ਦਾ ਕਤਲ ਕਿਸੇ ਨੇ ਕੀਤਾ ਜ਼ਮੀਨ ਪਿੱਛੇ, ਅਤੇ ਇੱਕ ਆਪਣੇ ਪਿਓ ਨੂੰ ਹੀ ਇਹ ਮਤਲਬ ਉਹਨੇ ਬੰਦੇ ਨੇ ਮਾਰਿਆ ਹੈਗਾ, ਆਪਣੇ ਪਿਓ ਨੂੰ ਵੀ ਕਤਲ ਕਰਤਾ। ਅਤੇ ਇਹ ਚੀਜ਼ਾਂ ਇੱਕ ਜਿਹੜੀ ਮੈਂ ਤੁਹਾਨੂੰ ਚੰਡੀਗੜ੍ਹ ਦੀ ਸਟੋਰੀ ਦੱਸੀ ਉਹ ਵੀ ਸੱਚੀ ਆ, ਅਤੇ ਘਰ ਘਰ ਦੀਆਂ ਕਹਾਣੀਆਂ ਹੈਗੀਆਂ, ਪੈਸੇ ਪਿੱਛੇ ਬਹੁਤ ਸਾਰੇ ਪੰਗੇ ਪੈਂਦੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹਨਾਂ ਦਾ ਜਾਣੀ ਅੱਖਾਂ ਤੋਂ ਫਿਰ ਦਿਸਣੋਂ ਹਟ ਜਾਂਦਾ ਦਿਮਾਗ।
ਦੋਸ਼ ਜਿਹੜਾ ਹੈ ਉਹ ਸੰਸਕਾਰਾਂ ਦਾ ਹੀ ਹੈ, ਉੱਥੇ ਹੁੰਦਾ ਜਿੱਥੇ ਗਲਤ ਕਿਸੇ ਨੂੰ ਸੰਸਕਾਰ ਦੇ ਤੇ ਉਹ ਬੱਚਾ ਉਧਰ ਨੂੰ ਗਲਤ ਸੋਚਣ ਲੱਗ ਜਾਂਦਾ। ਜੀ ਜੀ ਬਿਲਕੁਲ ਜੀ ਬਿਲਕੁਲ, ਚਲੋ ਬਹੁਤ ਮਿਹਰਬਾਨੀ ਜੀ ਕਾਲਾ ਤੁਹਾਡੀ ਗੱਲ ਕਰਨ ਵਾਸਤੇ, ਬੜਾ ਧੰਨਵਾਦ, ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਤੁਸੀਂ, ਥੈਂਕ ਯੂ। ਅਤੇ ਵਾਕਈ ਅਸੀਂ ਜਿਹੜੀ ਗੱਲ ਕਰੀ ਦੀ ਹੈ ਪਿੰਡਾਂ ਦੇ ਵਿੱਚ ਇਹ ਚੀਜ਼ਾਂ, ਪਹਿਲੇ ਸਮਿਆਂ ਦੇ ਵਿੱਚ ਮਾਹੌਲ ਇੱਕ ਵੱਖਰਾ ਹੁੰਦਾ ਸੀਗਾ ਅਤੇ ਇਸ ਕਰਕੇ ਪ੍ਰੋਬਲਮਾਂ ਬਹੁਤ ਘੱਟ ਘਰਾਂ ਦੇ ਵਿੱਚ ਆਉਂਦੀਆਂ ਸੀਗੀਆਂ। ਜ਼ਮੀਨ ਦੀ ਜਿਹੜੀ ਗੱਲ ਅਸੀਂ ਕਰਦੇ ਹਾਂ ਉਹ ਵੀ ਬਹੁਤ ਜ਼ਿਆਦਾ ਕੇਸ ਇਸ ਤਰ੍ਹਾਂ ਦੇ ਨਹੀਂ ਹੁੰਦੇ ਸੀਗੇ ਵੀ ਜ਼ਮੀਨ ਦੇ ਮਾਮਲੇ ਦੇ ਵਿੱਚ ਕਤਲ ਕਰਤੇ, ਪਰ ਅਕਸਰ ਪਿੰਡਾਂ ਦੇ ਵਿੱਚ ਇੱਕ ਦੋ ਘਰ ਐਸੇ ਹੁੰਦੇ ਸੀ ਜਿਨ੍ਹਾਂ ਦੇ ਇਹ ਹਾਲਾਤ ਹੁੰਦੇ ਸੀਗੇ, ਕੇਸ ਚੱਲਦੇ ਹੁੰਦੇ ਸੀ, ਜ਼ਮੀਨਾਂ ਫਿਰ ਕੇਸਾਂ ਦੇ ਵਿੱਚ ਚਲ ਜਾਂਦੇ ਸੀ, ਘਰ ਵਾਲੇ ਕੋਈ ਕਿਤੇ ਕੋਈ ਕਿਤੇ, ਇੱਦਾਂ ਹੀ ਸਾਰਾ ਪਰਿਵਾਰ ਉੱਜੜ ਫਿੱਜੜ ਜਾਂਦਾ ਸੀ। ਅਤੇ ਦੂਜੀ ਜਿਹੜੀ ਅਸੀਂ ਗੱਲ ਅੱਜ ਜ਼ੋਰ ਦੇ ਰਹੇ ਜਿਸ ਗੱਲ 'ਤੇ, ਉਹ ਗੱਲਾਂ ਹੋ ਗਈਆਂ, ਸਭ ਕੁਛ ਹੋ ਗਿਆ, ਅੱਜ ਜਿਹੜੀ ਗੱਲ 'ਤੇ ਜ਼ੋਰ ਦੇ ਰਹੇ ਉਹ ਇਹ ਦੇ ਰਹੇ ਹਾਂ ਵੀ ਜੇ ਮਨਮੁਟਾਓ ਹੈਗਾ ਪਰਿਵਾਰਾਂ ਦੇ ਵਿੱਚ ਤਾਂ ਬੱਚਿਆਂ ਨੂੰ, ਬੱਚਿਆਂ ਦੇ ਉੱਪਰ ਉਹ ਨਹੀਂ ਥੋਪਣਾ ਚਾਹੀਦਾ। ਬੱਚਿਆਂ ਨੂੰ ਇਹ ਚਾਹੀਦਾ, ਬੱਚਿਆਂ ਨੂੰ ਕਹੋ ਵੀ ਤੁਸੀਂ ਭਾਈ ਜਿੱਦਾਂ ਤੁਹਾਡਾ ਦਿਲ ਕਰਦਾ ਮਿਲੋ, ਵਰਤੋਂ ਸਾਰਾ ਹੈਗਾ ਵੀ ਸਾਡੇ ਕਰਕੇ ਤੁਸੀਂ, ਇਹ ਨਹੀਂ ਕਹਿਣਾ ਵੀ ਅਸੀਂ ਤੁਸੀਂ ਨਹੀਂ ਬੁਲਾਉਂਦੇ ਹੋ, ਤੁਹਾਨੂੰ ਨਹੀਂ ਬੁਲਾਉਂਦੇ ਹੋ, ਤੁਹਾਡੀ ਇੱਜ਼ਤ ਨਹੀਂ ਕਰਦੇ, ਅਸੀਂ ਉਹਨਾਂ ਦੀ ਇੱਜ਼ਤ ਨਹੀਂ ਕਰਨੀ ਹੈਗੀ, ਅਸੀਂ ਉਹਨਾਂ ਨੂੰ ਐਂ ਕਰ ਦੇਣਾ ਜੋਗਰ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅੱਜ ਕੱਲ੍ਹ ਮੇਰੇ ਹਿਸਾਬ ਦੇ ਨਾਲ ਨਹੀਂ ਕਰਾਂਗੇ, ਤਾਂ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਦਾ ਹੀ ਵਧੀਆ ਰਹੇਗਾ, ਸਾਰਿਆਂ ਦਾ ਸਭ ਤੋਂ ਵਧੀਆ ਰਹੇਗਾ। ਅਤੇ ਨਾਲ ਦੀ ਨਾਲ ਇੱਕ ਬ੍ਰੇਕ ਜਿਹੜੀ ਹੈ ਹੋਰ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ। ਆਪ ਪਰਿਵਾਰਕ ਗੱਲ ਕਰ ਰਹੇ ਅੱਜ, ਆਪਣਿਆਂ ਦੀ ਗੱਲ ਕਰ ਰਹੇ, ਆਪਣੇ ਬਗਾਨਿਆਂ ਦੀ ਗੱਲ ਕਰ ਰਹੇ, ਵੈਸੇ ਤਾਂ ਅੱਜ ਕੱਲ੍ਹ ਜੇ ਆਪਣਿਆਂ ਦੀ ਗੱਲ ਕਰੀਏ ਤਾਂ ਕਈ ਬਗਾਨੇ ਇੰਨੇ ਕੁ ਆਪਣੇ ਨੇ ਕਿ ਆਪਣਿਆਂ ਨੂੰ ਭੁਲਾ ਦਿੰਦੇ ਨੇ, ਅਤੇ ਕਈ ਆਪਣੇ ਇੰਨੇ ਕੁ ਬਗਾਨੇ ਨੇ ਵੀ ਉਹ ਸੋਚਦੇ ਨੇ ਵੀ ਭਾਈ ਉਹ ਤਾਂ ਇਹਦੂ ਉੱਪਰ ਬੇਗਾਨਾ ਕੋਈ ਹੋ ਹੀ ਨਹੀਂ ਸਕਦਾ। ਇਹ ਜਿਵੇਂ ਸੁੰਦਰ ਸਾਹਿਬ ਨੇ ਗੱਲ ਕੀਤੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਕਹਾਣੀ ਜਿਹੜੀ ਘਰ ਘਰ ਦੀ ਹੈਗੀ ਹੈ, ਅਤੇ ਇਹਦੇ ਦੇ ਵਿੱਚ ਸੰਸਕਾਰਾਂ ਦੀ ਸਭ ਤੋਂ ਵੱਡੀ ਗੱਲ ਹੈਗੀ, ਸੰਸਕਾਰਾਂ ਸਭ ਤੋਂ ਵੱਡਾ ਯੋਗਦਾਨ ਹੈਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਜੀ ਅਤੇ ਕੀ ਵਿਚਾਰ ਨੇ ਜੀ? ਲੜਾਈ ਹੋਈ ਦਰਾਣੀ ਜਠਾਣੀ ਦੇ ਵਿੱਚ, ਤੇ ਦਰਾਣੀ ਜਠਾਣੀ ਜਾਂ ਦਰਾਣੀ ਜਾਂ ਜਠਾਣੀ ਆਪਣੇ ਬੱਚਿਆਂ ਨੂੰ ਰੋਕਣ ਦੀ, ਖਬਰਦਾਰ ਜੇ ਉਧਰ ਗਏ, ਖਬਰਦਾਰ ਜੇ ਉਹਨਾਂ ਥੱਲੇ ਖਾਧਾ, ਖਬਰਦਾਰ ਜੇ ਉਹਨਾਂ ਨਿਆਣੇ ਨੂੰ ਮਿਲੇ। ਹਾਂਜੀ ਇਹਨਾਂ ਹਾਲਾਤਾਂ ਦਾ ਅਸੀਂ ਗੱਲ ਕਰ ਰਹੇ। ਸਾਡੇ ਬਾਪੀ ਦੀ ਚਾਚੀ ਸੀ, ਉਹ ਸਭ ਨਾਲ ਲੜੀ ਰਹੀ ਸੀ, ਉਹਨਾਂ ਦੀ ਕੁੜੀਆਂ ਸੀ ਤੇ ਅਸੀਂ ਸੀ, ਅਸੀਂ ਕਦੇ ਨਹੀਂ। ਅੱਛਾ ਜੀ, ਹੁਣ ਤੱਕ ਸਾਡੇ ਦਾ ਵਰਤਦੀ, ਉਹਨਾਂ ਭਰਾ ਨਹੀਂ ਚੋੜ ਤੱਕ ਸਾਡੇ ਦਾ ਵਰਤਦੀਆਂ। ਵਾਹ ਨਹੀਂ, ਚਲੋ ਇਹ ਹੁੰਦਾ ਰਹਿੰਦਾ ਮਾੜਾ ਮੋਟਾ ਘਰਾਂ ਦੇ ਵਿੱਚ, ਤਾਂ ਕੋਈ ਮਾਂ ਦਾ ਮਾਂ ਪਿਓ ਦਾ ਸੰਸਕਾਰ ਹੀ ਹੋ। ਵਾਹ ਜੀ, ਤੇ ਬੱਚਿਆਂ ਨੂੰ ਨਹੀਂ ਥੋਪਣਾ ਚਾਹੀਦਾ, ਨਹੀਂ ਬੱਚਿਆਂ ਨੂੰ ਥੋਪਣਾ ਚਾਹੀਦਾ। ਬਹੁਤ ਮਿਹਰਬਾਨੀ। ਇੱਥੇ ਬਾਹਰ ਅਮਰੀਕਾ ਸਾਡੇ ਕਿੰਨੀਆਂ ਫੈਮਿਲੀਆਂ, ਸਾਡੇ ਕਦੇ ਨਹੀਂ। ਵਾਹ ਜੀ, ਕੋਈ ਬੱਚਿਆਂ ਨੂੰ ਕੋਈ ਆਸਰੀ ਦਾਦੀ ਦਾਦੀ ਨੂੰ ਭੱਜ ਕੇ ਬੁਲਾਉਂਦੇ ਆ। ਵਾਹ ਜੀ ਵਾਹ, ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ, ਇੱਦਾਂ ਹੀ ਹੋਣਾ ਚਾਹੀਦਾ ਸਭ ਘਰਾਂ 'ਚ। ਬਹੁਤ ਮਿਹਰਬਾਨੀ ਕਾਲ ਕਰਨ ਲਈ ਤੁਹਾਡੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ? ਮੈਂ ਅਨਿਲ ਬੋਲਦਾ ਜੀ। ਹਾਂਜੀ ਅਨਿਲ, ਅਨਿਲ ਜੀ, ਅਨਿਲ ਜੀ, ਹਾਂਜੀ ਅਨਿਲ ਜੀ, ਕਿਹੜਾ ਏਰੀਆ ਪੰਜਾਬ ਦਾ? ਭਾਈ ਪੰਜਾਬ ਆਪਣਾ ਫਤਿਹਗੜ੍ਹ ਸਾਹਿਬ ਜੀ, ਖਮਾਣੋ ਪਿੰਡ ਖਮਾਣੋ। ਵਾਹ ਜੀ ਵਾਹ, ਵਾਹ ਜੀ ਵਾਹ, ਤੇ ਕੀ ਵਿਚਾਰ ਨੇ ਜੀ? ਵਿਚਾਰ ਤਾਂ ਇਹ ਜੀ, ਇੱਥੇ ਗੋਰੇ ਸਾਡੇ ਨਾਲ ਵਧੀਆ ਅੱਗੇ ਬਹੁਤ ਆ ਜੀ, ਅਸੀਂ ਲੋਕ ਇਹਨਾਂ ਤੋਂ ਪਿੱਛੇ ਰਹਿ ਗਏ ਜੀ। ਹੁਣ ਇਹਨੇ ਹਰੇਕ ਚੀਜ਼ ਦੀ ਕਿਰਾਇਆ ਪ੍ਰੋਪਰਟੀ ਦਾ ਇੱਥੇ ਰੌਲਾ ਪੈਂਦਾ ਹੈ, ਇੱਥੇ ਪੈਂਦਾ ਇੱਥੇ ਨਹੀਂ ਪੈਂਦਾ। ਹਾਂਜੀ, ਪ੍ਰੋਪਰਟੀ ਦਾ ਰੌਲਾ ਇੱਧਰ ਨਹੀਂ ਪੈਂਦਾ ਕਿ ਪੈਂਦਾ? ਨਾ ਨਾ, ਆਪਣੇ ਬੰਨੇ ਗੋਰਿਆਂ ਦੇ ਕਰ ਨਹੀਂ ਬੰਦਾ ਜੀ, ਉਹਨਾਂ ਦੇ ਜਿਹੜੀ ਛੋਟੀ ਪ੍ਰੋਪਰਟੀ ਛੋਟੀ ਨਾਲ ਰਹਿਣੀ ਆ, ਅੰਮ੍ਰਿਤਸਰ ਦੇ ਡੀਸੀ ਸੀ ਕਾਨ ਸਿੰਘ ਪੰਨੂ, ਤੇ ਉਹਨੇ ਆਰਡਰ ਦੇ ਕੇ ਤਹਿਸੀਲਦਾਰਾਂ ਨੂੰ, ਪਟਵਾਰੀਆਂ ਨੂੰ, ਉਹਨਾਂ ਨੂੰ ਕਿਹਾ ਵੀ ਜਿਹਦੇ ਜਿਹਦੇ ਵੀ ਬੱਚੇ ਹੈਗੇ ਨੇ, ਜ਼ਮੀਨ ਹੈਗੀ, ਉਹ ਪਹਿਲੇ ਤਕਸੀਮ ਕਰ ਦਿਓ ਬਜ਼ੁਰਗ ਦੇ ਜਿੰਦੇ ਜੀ, ਅਤੇ ਘਰਾਂ 'ਚ ਲੜਾਈ ਨਾ ਹੋਵੇ ਘੱਟੋ ਘੱਟ, ਅਤੇ ਬਜ਼ੁਰਗ ਦੀ ਸਲਾਹ ਦੇ ਨਾਲ ਉਹ ਪਹਿਲਾਂ ਹੀ ਉਹਨੇ ਤਕਸੀਮ ਕਰਤੇ, ਜੇ ਕੱਲ੍ਹ ਨੂੰ ਪਰਸੋਂ ਨੂੰ ਜਦੋਂ ਜਿੰਨੀ ਦੇਰ ਬਜ਼ੁਰਗ ਹੈਗਾ ਉਹ ਲਿਖਾ ਪੜ੍ਹੀ ਇਹ ਕਰਦੇ ਸੀ, ਉੱਨੀ ਦੇਰ ਇੰਨਾ ਰਹਿ ਗਈ, ਉਦੋਂ ਬਾਅਦ ਇੰਨਾ ਹਿੱਸਾ ਇਹਦਾ, ਇੰਨਾ ਹਿੱਸਾ ਇਹਦਾ, ਇੰਨਾ ਹਿੱਸਾ ਇਹ ਹੋ ਜਾਏਗਾ। ਇਹ ਬੜੀ ਵਧੀਆ ਗੱਲ ਕੀਤੀ, ਲੜਾਈਆਂ ਮਤਲਬ ਪੰਜਾਬ ਦੇ ਵਿੱਚੋਂ ਘਟਾਉਣ ਕਰਕੇ ਬੜਾ ਚੰਗਾ ਲੱਗਿਆ ਉਹਦਾ ਉਪਰਾਲਾ ਇਹ। ਜਿਹੜੀ ਇੱਕ ਨੀਲ ਜੀ ਗੱਲ ਮੈਂ ਕੀਤੀ ਆ ਕਿ ਮੰਨ ਲਓ ਦੋ ਭਰਾਵਾਂ ਦੇ ਵਿੱਚ ਮਨਮਟਾਓ ਹੈਗਾ ਤੇ ਬੱਚਿਆਂ ਨੂੰ ਵੀ ਅਸੀਂ ਰੋਕ ਦਿੰਦੇ ਹਾਂ ਵੀ ਭਾਈ ਨਾ ਤੂੰ ਜਾਣਾ ਨੀ, ਆਉਣਾ ਨੀ, ਮਿਲਣਾ ਨੀ, ਵਰਤਣਾ ਨੀ, ਉਹ ਕਿੰਨਾ ਕੁ ਜਾਇਜ਼ ਆ? ਨਾ ਨਾ, ਗਲਤ ਹੈ ਜੀ, ਬੱਚਿਆਂ ਨੂੰ ਮਿਲਣਾ ਚਾਹੀਦਾ ਜੀ। ਹਾਂਜੀ, ਬੱਚੇ
ਬੱਚੇ ਦਾ ਸਾਡੀ ਸਾਡੀ ਤਾਈ ਦੀ ਅਸੀਂ ਚਾਚੀ ਕਹੀ ਜਾਂਦੇ ਜੀ ਵਾਕਈ ਬਹੁਤ ਵਧੀਆ ਗੱਲਾਂ ਹੋ ਰਹੀਆਂ ਗੱਲਾਂ ਚੋਂ ਗੱਲਾਂ ਜਿਹੜੀਆਂ ਨਿਕਲਦੀਆਂ ਉਹਨਾਂ ਦੇ ਵਿੱਚੋਂ ਬੜਾ ਕੁਛ ਹੱਲ ਵੀ ਨਿਕਲਦੇ ਨੇ ਸੋ ਇਹ ਗੱਲ ਜਿਹੜੀ ਹੈਗੀ ਹੈ ਬ੍ਰੇਕ ਤੋਂ ਬਾਅਦ ਵੀ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿ ਤੁਹਾਡੇ ਕੀ ਵਿਚਾਰ ਨੇ ਆਪਣਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਅਤੇ ਬੇਗਾਨਿਆਂ ਦੀ ਗੱਲ ਕਰ ਰਹੇ ਹਾਂ ਆਪਣਾ ਮਾਰੂ ਛਾਵੇਂ ਸੁੱਟੂ ਇਹ ਵੀ ਗੱਲ ਕਹਿੰਦੇ ਹਾਂ ਅਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਹਾਂ ਕਿ ਆਪਣੇ ਕਈ ਐਸੇ ਨੇ ਜਿਹੜੇ ਛਾਵੇਂ ਦੀ ਗੱਲ ਛੱਡੋ ਅਤੇ ਉਹ ਤਾਂ ਮਤਲਬ ਇਹੋ ਜਿਹੀ ਜਗ੍ਹਾ ਜਾ ਕੇ ਸੁੱਟਦੇ ਨੇ ਜਿੱਥੋਂ ਮੁੜ ਕੇ ਖੁਰਾ ਖੋਜ ਵੀ ਨਾ ਲੱਭੇ ਸੋ ਸਾਰਾ ਕੁਛ ਨਾਲ ਨਾਲ ਜ਼ਿੰਦਗੀ 'ਤੇ ਚੱਲਦਾ ਸਾਡਾ ਮਕਸਦ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਬਹੁਤ ਜੇ ਘਟਾ ਸਕਦੇ ਹਾਂ ਰਲ ਮਿਲ ਕੇ ਅਤੇ ਕਿਵੇਂ ਘਟਾ ਸਕਦੇ ਹਾਂ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਦੇਖਦੇ ਰਹੋ ਜਸਟ ਪੰਜਾਬੀ ਹਾਜ਼ਰ ਇੱਕ ਵਾਰ ਫਿਰ ਪ੍ਰੋਗਰਾਮ ਦਾ ਆਖਰੀ ਹਿੱਸਾ ਹੈਗਾ ਆਖਰੀ ਹਿੱਸੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਇਹ ਹੀ ਕਰ ਰਹੇ ਹਾਂ ਪ੍ਰੋਗਰਾਮ ਦੇ ਆਖਰੀ ਹਿੱਸੇ ਦੇ ਵਿੱਚ ਵੀ ਵੈਸੇ ਤਾਂ ਰੋਜ਼ ਲਗਭਗ 8 ਸਾਲ ਤੋਂ 8-9 ਸਾਲ ਤੋਂ ਜਸ ਪੰਜਾਬੀ 'ਤੇ ਉਸ ਤੋਂ ਪਹਿਲਾਂ ਕੈਸਟਾਂ ਦੇ ਵਿੱਚ ਭਗਵੰਤ ਮਾਨ ਦੇ ਨਾਲ ਕਾਫੀ ਗੱਲਾਂ ਕੋਸ਼ਿਸ਼ ਇਹੀ ਕਰੀਦੀ ਹੁੰਦੀ ਸੀਗੀ ਇੱਕ ਚੌਂਕੀਦਾਰ ਦੀ ਤਰ੍ਹਾਂ ਹੋਕਾ ਦੇਈਦਾ ਸੀਗਾ ਅਤੇ ਕੋਸ਼ਿਸ਼ ਇਹ ਵੀ ਕਰੀਦੀ ਵੀ ਜਿਹੜੀ ਗੱਲ ਅਸੀਂ ਕਹਿੰਦੇ ਕੈਸਟ ਦੇ ਵਿੱਚ ਉਹ 'ਚ ਆਪ ਵੀ ਅਮਲ ਕਰੀਏ ਸੋ ਇਹ ਜਿਹੜੇ ਮਨ ਮਟਾਓ ਜਾਂ ਅਸੀਂ ਪਿੰਡਾਂ ਦੀ ਗੱਲ ਕਰੀਏ ਬਹੁਤ ਸਾਰੇ ਜ਼ਮੀਨਾਂ ਦੇ ਕਰਕੇ ਝਗੜੇ ਹੁੰਦੇ ਸੀਗੇ ਅਤੇ ਬਹੁਤ ਸਾਰੇ ਬਿਨਾਂ ਗੱਲ ਤੋਂ ਹੀ ਝਗੜੇ ਹੋ ਜਾਂਦੇ ਸੀਗੇ ਬਿਨਾਂ ਗੱਲ ਤੋਂ ਇਸ ਕਰਕੇ ਵੀ ਝਗੜੇ ਹੋ ਜਾਂਦੇ ਸੀ ਵੀ ਭਾਈ ਮੈਨੂੰ ਘਰ ਦੇ ਵਿੱਚ ਵੱਧ ਕੰਮ ਕਰਨਾ ਪੈਂਦਾ ਅਤੇ ਫਲਾਨੀ ਘੱਟ ਕਰਦੀ ਹੈ ਜਾਂ ਫਲਾਨਾ ਘੱਟ ਕਰਦਾ ਅਤੇ ਉਦੋਂ ਬਾਅਦ ਕੰਮ ਖਰਾਬ ਹੋ ਜਾਂਦਾ ਸੀ ਇੱਕ ਅਸੀਂ ਇਹ ਵੀ ਵਿਸ਼ਾ ਰੱਖਿਆ ਸੀ ਸਾਨੂੰ ਦੁਬਾਰਾ ਫਿਰ ਰੱਖਣ ਵਾਸਤੇ ਕਿਹਾ ਕਿ ਜਿਵੇਂ ਇੱਕ ਘਰੇ 4 ਭਰਾ ਨੇ 3 ਭਰਾ ਨੇ ਤਾਂ ਉਹ ਇੱਕ ਨੂੰ ਪੜ੍ਹਾ ਫਿਰ ਲਿਖਾ ਦਿੰਦੇ ਸਾਰੇ ਖਰਚਾ ਖੁਰਚਾ ਕਰਕੇ ਉਹ ਚੰਗੀ ਜੋਬ ਲੱਗ ਜਾਂਦਾ ਸ਼ਹਿਰ ਦੇ ਵਿੱਚ ਚਲ ਜਾਂਦਾ ਅਤੇ ਉੱਥੇ ਜਾ ਕੇ ਚੰਗਾ ਘਰ ਘੁਰ ਵੀ ਪਾ ਲੈਂਦਾ ਅਤੇ ਬਾਅਦ ਦੇ ਵਿੱਚ ਫਿਰ ਉਹ ਜਿਹੜਾ ਘਰ ਆ ਕੇ ਜ਼ਮੀਨ ਦੀ ਹਿੱਸਾ ਪੱਤੀ ਉਹ ਮੰਗਦਾ ਅਤੇ ਮੇਰਾ ਹਿੱਸਾ ਮੇਰਾ ਬਣਦਾ ਉਦੋਂ ਉਹ ਚੀਜ਼ ਭੁੱਲ ਜਾਂਦਾ ਵੀ ਸਾਰਿਆਂ ਨੇ ਰਲ ਕੇ ਮਿਹਨਤ ਕਰਕੇ ਤੈਨੂੰ ਪੜ੍ਹਾਇਆ ਤੈਨੂੰ ਨੌਕਰੀ ਲਵਾਇਆ ਵੀ ਉਹ ਚੀਜ਼ ਵੀ ਇੱਕ ਜ਼ਮੀਨ ਨਾਲੋਂ ਵੀ ਕਿਤੇ ਵੱਧ ਆ ਤੇਰੇ ਹਿੱਸੇ ਨਾਲੋਂ ਵੀ ਉਹ ਚੀਜ਼ ਕਿਤੇ ਵੱਧ ਹੈਗੀ ਆ ਪਰ ਇਹ ਚੀਜ਼ਾਂ ਅਸੀਂ ਭੁੱਲ ਜਾਂਦੇ ਸਾਡੇ ਇੱਕ ਹੋਰ ਵੀ ਕੇਸ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਇੰਗਲੈਂਡ ਦੇ ਵਿੱਚੋਂ ਬੰਦਾ ਰਹਿੰਦਾ ਸੀ ਇੱਕ ਭਰਾ ਅਤੇ ਉਹ 3 ਜਣੇ ਉੱਥੇ ਸੀ ਇੱਕ ਭਰਾ ਇੰਗਲੈਂਡ ਸੀ ਉੱਥੇ ਮਿਹਨਤ ਮੁਹਨਤ ਕਰਕੇ ਬੜਾ ਕੁਛ ਬਣਾਇਆ ਗੁਰ ਕਰਾਇਆ ਅਤੇ ਉਹਨੂੰ ਜਦੋਂ ਕਹਿਣ ਵੀ ਬਾਪੂ ਕਵੇ ਵੀ ਭਾਈ ਤੂੰ ਲੈਣਾ ਤੁਹਾਨੂੰ ਦੱਸ ਦੇ ਕੀ ਲੈਣਾ ਡੈਡੀ ਕਵੇ ਉਹਨਾਂ ਦਾ ਅਤੇ ਲੈ ਲਾ ਕੀ ਲੈਣਾ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਹੈਗੇ ਹੀ ਆ ਅਤੇ ਬਾਅਦ ਦੇ ਵਿੱਚ ਬਾਪੂ ਨੇ ਜਦੋਂ ਅੱਖਾਂ ਮੀਟ ਲਈਆਂ ਤਾਂ ਫਿਰ ਸਿਆਪਾ ਖੜਾ ਹੋ ਗਿਆ ਫਿਰ ਉਹ ਆ ਗਿਆ ਫਿਰ ਉਹ ਚਲ ਗਏ ਜੀ ਕਚਹਿਰੀਆਂ ਵਿੱਚ ਗੱਲਬਾਤ ਚੱਲ ਗਈ ਅਤੇ ਅਖੀਰ ਫਿਰ ਉਹੀ ਹੋਇਆ ਕਿ ਭਾਈ ਉਹਨਾਂ ਨੇ ਕਿਹਾ ਵੀ ਤੂੰ ਹੁਣ ਬਾਹਰ ਜੇ ਤੈਨੂੰ ਲੋੜ ਆ ਦੱਸ ਇੱਕ ਸਿਆਣਾ ਸੀ ਵਿੱਚੋਂ ਵੀ ਤੈਨੂੰ ਲੋੜ ਜਿੰਨੀ ਲੋੜ ਆ ਤੂੰ ਉਹ ਦੱਸ ਜੀ ਉਹਨਾਂ ਦੇ ਦਿੰਦੇ ਤੂੰ ਇਹ ਵੀ ਛੱਡ ਵੀ ਤੇਰਾ ਹਿੱਸਾ ਕਰਨਾ ਬਣਦਾ ਫਿਰ ਉਹ ਗੱਲ ਸਮਝ ਆਈ ਉਹਨਾਂ ਦੀ ਫਿਰ ਵਾਹਵਾ ਦੇਰ ਇੱਦਾਂ ਖੱਜਲ ਖੁਆਰ ਹੋਣ ਤੋਂ ਬਾਅਦ ਫਿਰ ਉਹਨਾਂ ਸਮਝੌਤਾ ਹੋ ਗਿਆ ਸੀ ਸਮਝੌਤਾ ਹੋ ਜੇ ਚੰਗੀ ਗੱਲ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਗੱਲ ਵਿਗੜਦੀ ਇਸ ਹੱਦ ਤੱਕ ਵਿਗੜ ਜਾਂਦੀ ਹੈ ਕਿ ਪੀੜ੍ਹੀਆਂ ਦਰ ਪੀੜ੍ਹੀਆਂ ਮੁੜ ਕੇ ਇਕੱਠੇ ਜਿਹੜੇ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਸਾਨੂੰ ਕਿ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਹੈ ਉਹਨੂੰ ਨਾਲ ਦੀ ਨਾਲ ਨਿਬੇੜ ਦਈਏ ਇੱਕ ਦਿਲਾਂ ਦੇ ਵਿੱਚ ਗੱਲ ਬਹੁਤ ਰੱਖਣ ਲੱਗ ਪਏ ਅੱਜ ਕੱਲ੍ਹ ਕਿਸੇ ਨੂੰ ਕੋਈ ਗੱਲ ਵੈਸੇ ਮਜ਼ਾਕ ਦੇ ਵਿੱਚ ਵੀ ਕਹੀ ਹੈ ਕਿਸੇ ਮੈਂਬਰ ਨੇ ਅਤੇ ਉਹ ਦਿਲ 'ਚ ਰੱਖ ਲੈਣੀ ਵੀ ਇਹਨੇ ਮੈਨੂੰ ਲਾ ਕੇ ਗੱਲ ਕਹੀ ਹੈ ਅਤੇ ਉਹ ਕਈ ਚਿਰ ਤੱਕ ਇੱਦਾਂ ਹੀ ਦਿਲ 'ਚ ਰੱਖੀ ਜਾਣੀ ਜਦੋਂ ਮੌਕਾ ਮਿਲਣਾ ਤਾਂ ਫਿਰ ਜਦੋਂ ਦਿਲ 'ਚੋਂ ਗੱਲ ਕੱਢਣੀ ਫਿਰ ਲੜਾਈਆਂ ਬਹੁਤ ਵੱਧ ਜਾਂਦੀਆਂ ਫਿਰ ਬੜਾ ਪੰਗਾ ਪੈਂਦਾ ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਠੀਕ ਲੱਗਿਆ ਹੋਵੇਗਾ ਕਿਸੇ ਵੀ ਗੱਲਬਾਤ ਲਈ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈਗਾ ਜਾਂ ਫਿਰ ਤੁਸੀਂ ਕੋਈ ਈਵੈਂਟ ਹੈਗੀ ਹੈ ਕੋਈ ਵੀ ਈਵੈਂਟਸ ਕਿਉਂਕਿ ਸ਼ੁਰੂ ਹੋ ਗਈਆਂ ਨੇ ਬਿਜ਼ਨਸ ਜਿਹੜੇ ਨੇ ਉਹ ਦੁਬਾਰਾ ਸ਼ੁਰੂ ਹੋ ਗਏ ਨੇ ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਭਾਈ ਸਾਡੇ ਬਿਜ਼ਨਸ ਸ਼ੁਰੂ ਹੋ ਗਏ ਆ ਅਤੇ ਉਹਦੀ ਐਡ ਜ਼ਰੂਰੀ ਹੈ ਪੰਜਾਬੀਆਂ ਤੱਕ ਗੱਲ ਪਹੁੰਚਾਉਣੀ ਜ਼ਰੂਰੀ ਹੈ ਅਤੇ ਜੇ ਪੰਜਾਬੀਆਂ ਤੱਕ ਗੱਲ ਪਹੁੰਚਾਉਣੀ ਹੈ ਤਾਂ ਉਹਦੇ ਵਾਸਤੇ ਮੇਰੇ ਖਿਆਲ ਜਸ ਪੰਜਾਬੀ ਜਿਹੜਾ ਟੈਲੀਵਿਜ਼ਨਾਂ ਦੀ ਗੱਲ ਕਰੀਏ ਤਾਂ ਉਸ 'ਚੋਂ ਸਭ ਤੋਂ ਬਿਹਤਰ ਤਰੀਕਾ ਜਿਹੜਾ ਜਸ ਪੰਜਾਬੀ ਹੈ ਕਿਉਂਕਿ ਜਸ ਪੰਜਾਬੀ ਦੇ ਅਸੀਂ ਜਿੰਨੇ ਵੀ ਸਾਡੀ ਟੀਮ ਮੈਂਬਰ ਆ ਅਸੀਂ ਪੂਰਾ ਡੈਡੀਕੇਟਡ ਹੈਗੇ ਹਾਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹਾਂ ਲੋਕਾਂ ਦੇ ਵਿੱਚੋਂ ਜਾ ਕੇ ਪ੍ਰੋਗਰਾਮ ਕਰਦੇ ਹਾਂ ਕਦੇ ਕਿਤੇ ਜਿਵੇਂ ਹੁਣ ਅਗਲੇ ਪ੍ਰੋਗਰਾਮ ਅਸੀਂ ਇੱਥੋਂ ਕੈਲੀਫੋਰਨੀਆ ਤੋਂ ਕਰੂਗੀ ਸਾਡੀ ਨਿਊਯਾਰਕ ਟੀਮ ਵੀ ਇੱਥੇ ਆਈ ਹੋਈ ਆ ਉਹ ਵੀ ਇੱਥੋਂ ਕਰੂਗੀ ਪ੍ਰੋਗਰਾਮ ਸੋ ਮੈਨੂੰ ਸੈੱਲ ਨੰਬਰ ਜਿਹੜਾ ਮੇਰਾ ਉਹ ਤੁਸੀਂ ਨੋਟ ਕਰ ਸਕਦੇ ਹੋ 209-450-33-62 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਹੁਣ ਅਖੀਰ ਦੇ ਵਿੱਚ ਮੈਨੂੰ ਆਗਿਆ ਦਿਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ